हेलो एवरीवन गिल्ज मेंटोर ਦੇ ኦਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ ਔਰ ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਬਹਿਰਹਾਲ ਅੱਜ ਆਪਣਾ ਪੰਜਾਬ ਪਟਵਾਰੀ ਦੇ ਸਬੰਧ ਚ ਰੀਜਨਿੰਗ ਦਾ ਸੈਕਿੰਡ ਟਾਪਿਕ ਹੈ ਸੈਕਿੰਡ ਡੇਸ ਹੈ ਔਰ ਇੰਪੋਰਟੈਂਟ ਸੈਸ਼ਨ ਹੋਏਗਾ ਔਰ ਮੈਕਸਿਮਮ ਪ੍ਰਯਾਸ ਕਰਾਂਗੇ ਕਿ ਤੁਹਾਡਾ ਹਰ ਦਿਨ ਇੱਕ ਅੱਛਾ ਟਾਪਿਕ ਹੋਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਸੰਡੇ ਦੀ ਕਲਾਸ ਲਗਭਗ ਆਫ ਰਹਿੰਦੀ ਹੈ ਕਿਉਂਕਿ ਇੱਕ ਦਿਨ ਹੁੰਦਾ ਹੈ ਕੋਸ਼ਿਸ਼ ਕਰੀਦੀ ਹੈ ਕਿ ਜਿੰਨਾ ਵੀ ਸਾਡਾ ਡੋਮੈਸਟਿਕ ਆਫ ਦਾ ਕੰਮ ਹੈ ਫੈਮਿਲੀ ਹੈ या जिन्ना भी थोड़ा बहुत इधर उधर का वर्क है प्लीज उस मैनेज कर लिए संडे दिन लगभग क्लासिस ऑफ रहन बट फिर भी इनफैक्ट कोशिश करा कि कुछ क्लासिस अपन कंटिन्यू यथावत रहनियाँ ठीक है ਬਾਕੀ ਆਪਣਾ ਮੰਡੇ ਤੋਂ ਲੈ ਕੇ ਸੈਟਰਡੇ ਦਾ ਟਾਈਮ ਟੇਬਲ ਸੇਮ ਰਹਿਣਾ ਹੈ ਜਿੰਨੇ ਵੀ ਸੈਸ਼ਨਸ ਨੇ ਇੰਪੋਰਟੈਂਟ ਨੇ ਖੂਬਸੂਰਤ ਨੇ ਔਰ ਜ਼ਬਰਦਸਤ ਹੈ ਦੇਖਣਾ ਨਹੀਂ ਭੁੱਲਣਾ ਅੱਜ ਆਪਾਂ ਕਰਨ ਜਾ ਰਹੇ ਹਾਂ ਇੰਪੋਰਟੈਂਟ ਯਾਨੀ ਅਲਫਾਬੈਟ ਦਾ ਸੈਕੰਡ ਪਾਰਟ ਜਿਦੇ ਚੁ ਕੁਝ ਕੁਐਸਚਨਸ ਟ੍ਰੀਕੀ ਲੈਵਲ ਦੇ ਨੇ ਖੂਬਸੂਰਤ ਟ੍ਰਿਕਸ ਹੋਣਗੀਆਂ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਜਿਸ ਕਰਕੇ ਫਿਰ ਆਪਾਂ ਸੈਕੰਡ ਟੌਪਿਕ ਦਾ ਕਵਰ ਕਰਾਂਗੇ ਦੱਸਣਾ ਚਾਹੁੰਦਾ ਡਿਸਕ੍ਰਿਪਸ਼ਨ ਚ ਅਸੀਂ ਲਿੰਕਸ ਦੇ ਰੱਖੇ ਨੇ ਤੁਹਾਨੂੰ ਸਾਡੀ ਆਫੀਸ਼ੀਅਲੀ ਵੈਬਸਾਈਟ ਦਾ ਲਿੰਕ ਦੇ ਰੱਖਿਆ ਜਿੱਥੇ ਤੁਹਾਨੂੰ ਪਟਵਾਰ ਕਲਚਰ ਹੈ ਅਕਾਊਂਟਸ ਹੈ ਸਾਰੇ ਤੁਹਾਨੂੰ ਮਟੀਰੀਅਲ ਉੱਥੇ ਅਵੇਲੇਬਲ ਮਿਲੇਗਾ ਤੁਸੀਂ ਉੱਥੇ ਅਪੂਰਾ ਪ੍ਰੋਪਰ ਮਟੀਰੀਅਲ ਲੈ ਸਕਦੇ ਹੋ ਆਪਣਾ ਇਨਰੋਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਨਿਸ਼ਚਿਤ ਤੌਰ ਤੇ ਮੈਂ ਕਹਿੰਦਾ ਬੇਨਿਸ਼ਚਿਤ ਹੋ ਜਾਂ ਵੀ ਤੁਹਾਨੂੰ ਮਟੀਰੀਅਲ ਟਾਈਮ ਟੂ ਟਾਈਮ ਉੱਥੇ ਮਿਲਦਾ ਰਹੇਗਾ ਦੱਸਣਾ ਚਾਹੁੰਦਾ ਹੈ ਕਿ ਜੇ ਤੁਸੀਂ ਫ੍ਰੀ ਚ ਸਟੱਡੀ ਮਟੀਰੀਅਲ ਜਿੰਨਾ ਵੀ ਅਸੀਂ ਕਰਵਾਵਾਂਗੇ ਪੀਡੀਐਫਸ ਵਗੈਰਾ ਚਾਹੀਦੇ ਨੇ ਟੈਲੀਗ੍ਰam ਗਰੁੱਪ ਜੁਆਇਨ ਕਰ ਲਿਓ ਉੱਥੇ ਤੁਹਾਨੂੰ ਪ੍ਰੋਪਰਲੀ ਸਾਰਾ ਮਟੀਰੀਅਲ ਅਸੀਂ ਟਾਈਮ ਟੂ ਟਾਈਮ ਦਿੰਦੇ ਰਵਾਂਗੇ ਰਾਈਟ ਚਲੋ ਬਹਰ ਹਾਲ ਅਲਫਾਬੈਟ ਦੇ ਅੰਦਰ ਕੁਝ ਇੰਪੋਰਟੈਂਟ ਟੌਪਿਕਸ ਜਿਓ ਮੈਂ ਤੁਹਾਨੂੰ ਵਾਦਾ ਕੀਤਾ ਸੀਗਾ ਸੈਟਰਡੇ ਵਾਲੇ ਦਿਨ ਕਿ ਮੈਂ ਤੁਹਾਨੂੰ ਕਰ ਉਹਨਾਂ ਤੇ ਡਿਸਕਸ ਕਰਦੇ ਆ ਜਿਵੇਂ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਕਿ ਜਿੱਦਾਂ ਆਪਾਂ ਲਿਖਿਆ A B C D ਅਗਰ ਮੈਂ ਇਹਨਾਂ ਥੋੜੇ ਜੇ ਅਗਰ ਮੈਂ ਲਿਖ ਲਾਂਗਾ ਅਲਫਾਬੈਟ ਤਾਂ ਮੈਨੂੰ ਇਹਨਾਂ ਨੂੰ ਤੁਹਾਨੂੰ ਐਕਸਪਲੇਨ ਕਰ易ਜੀ ਹੋਏਗਾ K L M N O P Q R S T U V and W ਇੱਥੋਂ ਤੱਕ ਸਫੀਸ਼ੀਐਂਟ ਹੈ ਚਲੋ ਸਭ ਤੋਂ ਪਹਿਲਾ ਕੁਐਸਚਨ ਆਪਾਂ ਕਵਰ ਕਰਦੇ ਹਾਂ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਰਿਵੀਜ਼ਨ ਕਰਾ ਦਿੰਨਾ ਕਿ ਇਹੇ ਸਾਈਡ ਸਾਡੀ ਹੋਏਗੀ ਲੈਫਟ ਔਰ ਅਗਰ ਆਪਾਂ ਇਸ ਨੂੰ ਇਧਰਲੀ ਸਾਈਡ ਤੋਂ ਰੀਡ ਕਰਾਂਗੇ ਤਾਂ ਜਨਰਲਲੀ ਆਪਾਂ ਇਹਨੂੰ ਰੀਡ ਕਰਾਂਗੇ ਰਾਈਟ ਸਾਈਡ ਤੋਂ ਅਕਸਰ ਬਰ ਆਪਾਂ ਨੂੰ ਇਹਨਾਂ ਬੋਲ ਚੱਲ ਦੀ ਪਾਸ਼ਾ ਚ ਕੁਝ ਵਰਡਸ ਪੁੱਛੇ ਜਾਂਦੇ ਐ ਕਿ ਇੰਗਲਿਸ਼ ਅਲਫਾਬੈਟ ਦੇ ਲੈਫਟ ਸਾਈਡ ਤੋਂ ਪੜ੍ਹਦੇ ਵਕਤ ਅਗਰ ਜੀ ਦੀ ਪੋਜੀਸ਼ਨ 7ਵੇਂ ਨੰਬਰ ਤੇ ਐ ਮੇਰੇ ਕੁਐਸਚਨਸ ਤੇ ਧਿਆਨ ਰੱਖਣੇ ਸਾਰੇ ਸਟੂਡੈਂਟਸ ਨੇ ਜੀ ਦੀ ਪੋਜੀਸ਼ਨ ਗਾਇਸ ਕਿੰਨੇ 7ਥ ਨੰਬਰ ਐ ਦੱਸੋ ਇਸੇ ਜੀ ਦੀ ਪੋਜੀਸ਼ਨ ਰਾਈਟ ਨੰਬਰ ਤੋਂ ਕਿੰਨੀ ਵੀ ਹੋਏਗੀ ਤਾਂ ਤੁਸੀਂ ਦੱਸ ਸਕਦੇ ਹੋ ਸਰ ਕਿ 20 ਹੋਏਗੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦਾ ਉੱਪਰ-ਨੀਚੇ ਜੋੜ ਹਮੇਸ਼ਾ 27 ਹੋਏਗਾ ਤਾਂ ਤੁਹਾਡੇ ਕੋਲ 7 ਹੈ ਤੁਹਾਨੂੰ ਕਿੰਨਿਆਂ ਦੀ ਜ਼ਰੂਰਤ ਐ 20 ਦੀ ਜ਼ਰੂਰਤ ਐ ਕਲੀਅਰ ਤੁਸੀਂ ਇਸੇ ਕੁਐਸਚਨ ਨੂੰ ਇਦਾਂ ਵੀ ਰੀਡ ਕਰ ਸਕਦੇ ਹੋ ਜਿਵੇਂ ਕਿ ਮੈਂ ਅਗਰ ਇਹ ਕੁਐਸਚਨ ਇਦਾਂ ਪੁੱਛਾਂ ਕਿ ਅਗਰ ਇੰਗਲਿਸ਼ ਅਲਫਾਬੈਟ ਨੂੰ ਲੈਫਟ ਸਾਈਡ ਤੋਂ ਪੜ੍ਹਦੇ ਵਕਤ ਜੀ ਦੀ ਪੋਜੀਸ਼ਨ 7ਵੇਂ ਨੰਬਰ ਤੇ ਹੈ ਦੱਸੋ ਇਸੇ ਜੀ ਦੇ ਲੈਫਟ ਤੇ ਤੀਜੇ ਨੰਬਰ ਤੇ ਕੀ ਹੈ ਇਹੇ ਕੁਐਸਚਨ ਅਕਸਰ ਬਰ ਇਹੋ ਜਿਹਾ ਪੁੱਛਿਆ ਜਾਏਗਾ ਚਾਰ ਟ੍ਰਿਕਸ ਦੱਸਾਂਗਾ ਤੁਸੀਂ ਜ਼ਿੰਦਗੀ ਪਰ ਪੂਰੀ ਰੀਜ਼ਨਿੰਗ ਚ ਨਹੀਂ ਭੁੱਲੋਗੇ ਮੇਰੀ ਗਾਰੰਟੀ ਹੈ ਯਾਰ ਮੇਰੀ ਗਾਰੰਟੀ ਹੈ ਤੁਹਾਨੂੰ ਕਦੇ ਨਹੀਂ ਭੁੱਲੋਗੇ ਠੀਕ ਹੈ ਚਲੋ ਜੀ ट्रिक्स की की ने उन बारे पूरा विस्तार ਨਾਲ ਡਿਸਕਸ ਕਰਾਂਗੇ ਬਟ ਬਿਫੋਰ दैट ਕਿ ਤੁਸੀਂ ਮੇਰੀਆਂ ਸਾਰੀਆਂ ਗੱਲਾਂ ਨੋਟ ਕਰਨੀਆਂ ਦੇਖੋ ਅਗਰ ਸਾਨੂੰ ਇਦਾਂ ਬੋਲਿਆ ਜਾਂਦਾ ਹੈ ਕਿ ਅਕਸਰ ਵਾਰ ਤੁਸੀਂ ਕਹੋਗੇ ਸਰ ਕੀ ਤੁਸੀਂ ਇਦਾਂ ਅਗਰ ਆਪਾਂ ਰੀਡ ਕਰਦੇ ਹਾਂ ਤੁਸੀਂ ਕਿਹਾ ਵੀ ਇਹ ਲੈਫਟ ਹੁੰਦਾ ਹੈ ਹੁਣ ਜੀ ਦੇ ਲੈਫਟ ਦੇ ਵਿੱਚ ਕੀ ਹੋਏਗਾ ਤੇ ਜੀ ਦੇ ਲੈਫਟ ਵਿੱਚ ਤੁਸੀਂ ਇਹ ਨਹੀਂ ਕਹੋਗੇ ਕਿ ਜੀ 1 2 3 ਮੈਂ ਤੀਜਾ ਲੈਫਟ ਪੁੱਛਿਆ ਤੁਸੀਂ ਕਹ ਦੋਗੇ ਜੇ ਇਹ ਤੁਹਾਡਾ ਆਨਸਰ ਰੋਂਗ ਹੋਏਗਾ ਚਲੋ ਜੀ ਮੈਂ ਕੀ ਪੁੱਛਿਆ ਲੈਫਟ ਹਮੇਸ਼ਾ ਜਦੋਂ ਵੀ ਲੈਫਟ ਦੇ ਕੇ ਲੈਫਟ ਪੁੱਛਿਆ ਜਾਏਗਾ ਕੀ ਹੋਏਗਾ ਮਾਈਨਸ ਹੋਏਗਾ ਲੈਫਟ ਦੇ ਕੇ ਲੈਫਟ ਹੋਏਗਾ ਕੀ ਹੋਏਗਾ ਮਾਈਨਸ ਕਿਉਂ ਹੋਏਗਾ ਦੇਖੋ ਐਲ ਦਾ ਮਤਲਬ ਲੜਾਈ ਪਹਿਲਾ ਅੱਖਰ ਐਲ ਹੁੰਦਾ ਹੈ ਨਾ ਲੜਾਈ ਹੈ ਲੜਾਈ ਜਦੋਂ ਹੋ ਜੇ ਲੜਾਈ ਲੜਾਈ ਹੋ ਜੇ ਤਾਂ ਦੂਰੀਆਂ ਵੱਧ ਜਾਂਦੀਆਂ ਦੋ ਦਿਲਾਂ ਦੇ ਵਿੱਚ ਜਦੋਂ ਨਫਰਤ ਹੋ ਜੇ ਦੋ ਦਿਲਾਂ ਦੇ ਵਿੱਚ ਜਦੋਂ ਮਾਈਨਸ ਹੋ ਜੇ ਉਦੋਂ ਕੀ ਹੋ ਜਾਂਦੇ ਨੇ ਦੂਰ ਹੋ ਜਾਂਦੇ ਆ ਠੀਕ ਹੈ ਬਈ ਲੜਾਈ ਹੋ ਜੇ ਮਾਈਨਸ ਹੋ ਜਾਂਦਾ ਨਾ ਹੁਣ ਦੇਖੋ ਜੀ ਦੀ ਪੋਜੀਸ਼ਨ ਕਿੰਨੀ ਸੀ ਜੀ ਦੀ ਪੋਜੀਸ਼ਨ 7 ਸੀ ਇਸੇ ਜੀ ਦੇ ਲੈਫਟ ਤੇ ਦੇਖਣਾ ਤੇ ਲੈਫਟ ਤੇ ਕਿੰਨਾ ਆਏਗਾ 4 ਆਏਗਾ ਚਲੋ 4 ਨੰਬਰ ਤੇ ਕੀ ਹੈ ਡੀ ਤੁਹਾਡਾ ਆਨਸਰ ਹੋ ਜਾਏਗਾ ਦੈਟ ਇਜ਼ ਮਾਈ ਆਨਸਰ ਦੱਸੋ ਕੀ ਪ੍ਰੋਬਲਮ ਹੈ ਐਨੀਬਾਡੀ ਹੈਵ ਅ ਪ੍ਰੋਬਲਮ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਬਹੁਤ ਅੱਛਾ ਹੈ ਚਲੋ ਇਸੇ ਕੁਐਸਚਨ ਨੂੰ ਆਪਾਂ ਅੱਗੇ ਕਵਰ ਕਰਾਂਗੇ ਕੁਝ ਹੋਰ ਇੰਪੋਰਟੈਂਟ ਇਹਦੇ 'ਚ ਮੈਂ ਬਲਕਿ ਕੁਝ ਕੁਐਸਚਨਸ ਲਾਵਾਂਗਾ ਮੈਂ ਮਾਰਕਰ ਮੇਰਾ ਚੇਂਜ ਚੇਂਜ ਕਰ ਲੈਣਾ ਚਲਿਏ ਜਿਵੇਂ ਕਿ ਅਗਰ ਸਾਨੂੰ ਪੁੱਛਿਆ ਜਾਂਦਾ ਹੈ ਕਿ ਇੰਗਲਿਸ਼ ਅਲਫਾਬੈਟ ਨੂੰ ਲੈਫਟ ਸਾਈਡ ਤੋਂ ਪੜ੍ਹਦੇ ਵਕਤ ਅਗਰ ਕੇ ਦੀ ਪੋਜੀਸ਼ਨ ਕਿੰਨੇ ਨੰਬਰ ਤੇ ਹੈ ਕੇ ਦੀ ਪੋਜੀਸ਼ਨ 11 ਨੰਬਰ ਤੇ ਹੈ ਦੱਸੋ ਇਸੇ ਕੇ ਦੇ ਲੈਫਟ ਤੇ ਪੰਜਵੇਂ ਨੰਬਰ ਤੇ ਕੀ ਹੈ ਠੀਕ ਹੈ ਤਾਂ ਆਪਾਂ ਦੱਸਣਾ ਕਿ ਲੈਫਟ ਆਫ ਲੈਫਟ ਆਫ ਕੇ ਲੈਫਟ ਆਫ ਕੇ ਆ ਔਨ 5ਥ ਪੋਜੀਸ਼ਨ ਠੀਕ ਹੈ ਤਾਂ ਸਾਨੂੰ ਇਹ ਪਤਾ ਲੱਗ ਗਿਆ ਕਿ ਐਲ ਦੇ ਕੇ ਐਲ ਪੁੱਛਿਆ ਮਤਲਬ ਲੈਫਟ ਤੋਂ ਹੀ ਆਪਾਂ ਗਿਣ ਰਹੇ ਹਾਂ ਨਾ ਐਲ ਦੇ ਕੇ ਐਲ ਪੁੱਛਿਆ ਤਾਂ 11 ਚੋਂ ਮਾਈਨਸ ਕਰ ਦਾਂਗੇ 5 ਤਾਂ ਬਰਾਬਰ 6 ਆਏਗਾ 6 ਤੇ ਕੌਣ ਬੈਠਾ ਹੈ 6 ਤੇ ਬੈਠਾ ਹੈ ਐਫ ਠੀਕ ਹੈ ਫੁੱਫੜ ਬੈਠਾ ਸਾਡਾ 6 ਨੰਬਰ ਤੇ ਕਲੀਅਰ ਹੈ ਨਾ ਕੋਈ ਦਿੱਕਤ ਨਹੀਂ ਹੈ ਸਾਰੰ ਟ੍ਰਿਕ ਕੀ ਸਮਝ ਆਈ ਕਿ ਜਦੋਂ ਵੀ ਲੈਫਟ ਦੇ ਕੇ ਲੈਫਟ ਪੁੱਛਿਆ ਜਾਏਗਾ ਡਨ ਹੈ ਮਾਈਨਸ ਕਰ ਦਿਓ ਤੁਹਾਡਾ ਆਨਸਰ ਆ ਜਾਏਗਾ ਚਲੋ ਜੀ ਦੂਜਾ ਇਥੋਂ ਪਹਿਲੀ ਟ੍ਰਿਕ ਆਪਣੀ ਨੋਟ ਕਰ ਲਓ ਸਾਰੇ ਸਟੂਡੈਂਟਸ ਟ੍ਰਿਕ ਨੰਬਰ 2 ਟ੍ਰਿਕ ਨੰਬਰ 2 ਨੋਟ ਕਰੋ ਸਾਰੇ ਸਟੂਡੈਂਟਸ ਵੈਰੀ ਵੈਰੀ ਇੰਪੋਰਟੈਂਟ ਹੈ ਦੇਖੋ ਹੁਣ ਪੁੱਛਿਆ ਜਾਂਦਾ ਹੈ ਕਿ ਅਗਰ ਇੰਗਲਿਸ਼ ਅਲਫਾਬੈਟ ਦੇ ਵਿੱਚ ਲੈਫਟ ਸਾਈਡ ਤੋਂ ਪੜਦੇ ਵਕਤ ਤੁਹਾਡੇ ਕੋਲੇ ਜੀ ਦੀ ਪੋਜੀਸ਼ਨ ਕਿੰਨੇ ਨੰਬਰ ਤੇ ਹੈ ਜੀ ਦੀ ਪੋਜੀਸ਼ਨ ਤੁਹਾਡੇ ਕੋਲੇ 7 ਨੰਬਰ ਤੇ ਹੈ ਕਿੰਨੇ ਨੰਬਰ ਤੇ ਹੈ 7 ਨੰਬਰ ਤੇ ਹੈ ਚਲੋ ਜੀ ਦੀ ਪੋਜੀਸ਼ਨ ਤੁਹਾਡੇ ਕੋਲੇ ਕਿੰਨੇ ਨੰਬਰ ਤੇ ਹੈ 7 ਨੰਬਰ ਤੇ ਹੈ ਦੱਸੋ ਇਸੇ ਜੀ ਦੇ ਰਾਈਟ ਚ ਪੰਜਵੇਂ ਨੰਬਰ ਤੇ ਕੌਣ ਹੈ ਮਤਲਬ ਕਿ ਅਗਰ ਮੈਂ ਪੁੱਛਾਂ ਕਿ ਇਹ ਲੈਫਟ ਸੀਗਾ ਦੱਸੋ ਇਸੇ ਜੀ ਦੇ ਯਾਨੀ ਪੰਜਵੇਂ ਨੰਬਰ ਤੇ ਰਾਈਟ ਦੇ ਵਿੱਚ ਹੁਣ ਰਾਈਟ ਚ ਪੁੱਛ ਲਿਆ ਨਾ ਚਲਈਏ ਹਮੇਸ਼ਾ ਯਾਦ ਰੱਖਣਾ ਕਿ ਸਾਡੀ ਹੋਈ ਸੀ ਲੜਾਈ ਲੜਾਈ ਹੋ ਗਈ ਤੇ ਕਿਸੇ ਵਿੱਚ ਨਾ ਮੀਡੀਏਟਰ ਬੰਦੇ ਨੇ ਰਾਜੀ ਨਮਾ ਕਰਾਤਾ ਕਹਿੰਦਾ ਕਾਫੀ ਪੀਓ ਦੋਨੇ ਜਣੇ ਬੈਠ ਕੇ ਗੱਲਾਂ ਬਾਤਾਂ ਕਰੋ ਤੁਹਾਡਾ ਰਾਜੀ ਨਮਾ ਹੋ ਜਾਏਗਾ ਤਾਂ ਜਦੋਂ ਰਾਜੀ ਨਮਾ ਹੋ ਜਾਂਦਾ ਉਹ ਦਿਲ ਕੀ ਹੋ ਜਾਂਦੇ ਨੇ ਜੁੜ ਜਾਂਦੇ ਐ ਤਾਂ ਜੋੜ ਦੋ ਇੱਥੇ ਠੀਕ ਐ ਨਾ ਤਾਂ ਤੁਹਾਡੇ ਕੋਲੇ ਕਿੰਨਾ ਹੋ ਜਾਏਗਾ 7 ਪਲੱਸ ਕਿੰਨਾ ਹੋ ਜਾਏਗਾ 5 ਬਰਾਬਰ ਕਿੰਨਾ ਹੋ ਜਾਏਗਾ 12 ਤੇ 12 ਨੰਬਰ ਤੇ ਤੁਹਾਡੇ ਕੋਲੇ ਕੀ ਹੋ ਜਾਏਗਾ ਐਲ ਕਲੀਅਰ ਹੈ ਨਾ 12 ਨੰਬਰ ਤੇ ਕੀ ਹੋ ਜਾਏਗਾ ਐਲ ਤਾਂ ਮੇਰੀ ਇੱਕ ਚੀਜ਼ ਤੁਸੀਂ ਯਾਦ ਰੱਖੋ ਜੋ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਜੇ ਤੁਸੀਂ ਮੇਰਾ ਜੋ ਕੰਮ ਹੋਏਗਾ ਮੇਰਾ ਜੋ ਮੈਂ ਤੁਹਾਨੂੰ ਟਾਸਕ ਦੇਵਾਂਗਾ ਅਗਰ ਉਹ ਟਾਸਕ ਤੁਸੀਂ ਯਾਦ ਨਹੀਂ ਕੀਤਾ ਟਾਸਕ ਨੂੰ ਪੂਰਾ ਨਹੀਂ ਕੀਤਾ ਤਾਂ ਫਿਰ ਇੱਥੇ ਮੇਰੀ ਮਿਹਨਤ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਤੇ ਪਲੀਜ਼ ਮੇਰੀ ਇਸ ਗੱਲ ਨੂੰ ਯਾਦ ਰੱਖਿਓ ਫੋਲੋ ਕਰਨਾ ਹੈ ਐਂਡ ਜਿੰਨਾ ਵੀ ਮੈਂ ਤੁਹਾਨੂੰ ਵਰਕ ਕਰਾਵਾਂਗਾ ਇਸ ਦੀ ਪ੍ਰੈਕਟਿਸ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਦੇਖੋ ਹੁਣ ਇਸੇ ਕੁਐਸਚਨ ਨੂੰ ਆਪਾਂ ਕਵਰ ਕਰਦੇ ਹਾਂ ਕੁਐਸਚਨ ਨੰਬਰ ਤੀਜਾ ਲੈਨੇ ਆ ਜੇ ਕਿਹਾ ਜਾਂਦਾ ਹੈ ਕਿ ਇੰਗਲਿਸ਼ ਅਲਫਾਬੈਟ ਨੂੰ ਲੈਫਟ ਸਾਈਡ ਤੋਂ ਪੜ੍ਹਦੇ ਵਕਤ ਲੈਫਟ ਸਾਈਡ ਤੋਂ ਪੜ੍ਹਦੇ ਵਕਤ ਐਲ ਦੀ ਪੋਜੀਸ਼ਨ ਕਿੰਨੇ ਨੰਬਰ ਤੇ ਹੈ 12 ਨੰਬਰ ਤੇ ਹੈ ਕਿਧਰੋਂ ਲੈਫਟ ਤੋਂ ਦੱਸੋ ਐਸੇ ਐਲ ਦੇ ਲਗਭਗ ਅੰ 10ਵੇਂ ਨੰਬਰ ਤੇ ਕੀ ਆਏਗਾ ਰਾਈਟ ਦੇ 10ਵੇਂ ਨੰਬਰ ਤੇ ਕੀ ਆਏਗਾ ਤਾਂ ਪਹਿਰੇ ਹਾਲ ਆਪਾਂ ਲੈਫਟ ਸਾਈਡ ਤੋਂ ਪੜਿਆ ਰਾਈਟ ਦੇ ਆਪਾਂ ਪੁੱਛਣਾ ਹੈ ਕਿੰਨੇ 10 ਨੰਬਰ ਤੇ ਹੈ ਤਾਂ 12 10 22 ਹੈ ਔਰ 22 ਨੰਬਰ ਤੇ ਕੀ ਹੁੰਦਾ 20 ਹੁੰਦਾ ਗੈਟਿੰਗ ਮਾਈ ਪੁਆਇੰਟ ਅਗਰ ਤੁਹਾਨੂੰ ਸਮਝ ਆ ਰਿਹਾ ਤਾਂ ਪਲੀਜ਼ ਮੈਨੂੰ ਥੰਬਨੇਲ ਉੱਪਰ ਕਰਕੇ ਦੱਸ ਦਿਓ ਕਿ ਸਰ ਬਿਲਕੁਲ ਓਕੇ ਹੈ ਅਤੇ ਕਮੈਂਟ ਦੇ ਵਿੱਚ ਲਿਖ ਦਿਓ ਕਿ ਪਿਆਰਾ ਜਿਹਾ ਕੀ ਲਿਖ ਦੋਗੇ ਆਹੋ ਕੀ ਲਿਖੋਗੇ ਆਹੋ ਠੀਕ ਹੈ ਜੀ ਬਹੁਤ ਅੱਛਾ ਲੱਗੇਗਾ ਬਸ ਆਪਣਾ ਟਾਈਟਲ ਔਰ ਆਪਣਾ ਅੰਦਾਜ਼ ਹੀ ਵੱਖਰਾ ਹੈ ਕਿ ਇਹ ਜਿੰਨੀਆਂ ਵੀ ਟ੍ਰਿਕਸ ਨੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਨੋਟ ਡਾਊਨ ਕਰ ਸਕਦੇ ਹੋ ਤੁਹਾਨੂੰ ਐਗਜ਼ਾਮਸ ਬਹੁਤ ਜ਼ਿਆਦਾ ਇਹਨਾਂ ਤੋਂ ਹੈਲਪ ਮਿਲੇਗੀ ਹੁਣ ਦੇਖੋ ਟ੍ਰਿਕ ਨੰਬਰ ਆਪਾਂ ਕਰਦੇ ਹਾਂ ਤੀਜੀ ਟ੍ਰਿਕ ਨੰਬਰ ਆਪਣੇ ਕੋਲੇ ਹੋਏਗੀ 3rd ਟ੍ਰਿਕ ਕੀ ਹੋਏਗੀ ਕਿ ਜਦੋਂ ਵੀ ਸਾਨੂੰ ਇੰਗਲਿਸ਼ ਅਲਫਾਬੈਟ ਨੂੰ ਦੇਖੋ ਹੁਣ ਤਾਂ ਆਪਾਂ ਲੈਫਟ ਤੋਂ ਸ਼ੁਰੂ ਕਰਦੇ ਸੀਗੇ ਜੇ ਰਾਈਟ ਤੋਂ ਪੁੱਛਿਆ ਜਾਵੇ ਜਿੱਦਾਂ ਕਿ ਅਗਰ ਇੰਗਲਿਸ਼ ਅਲਫਾਬੈਟ ਨੂੰ ਰਾਈਟ ਸਾਈਡ ਤੋਂ ਪੜ੍ਹਦੇ ਵਕਤ ਪੁੱਛਿਆ ਜਾਂਦਾ ਹੈ ਕਿ S ਦੀ ਪੋਜੀਸ਼ਨ ਕਿੰਨੇ ਨੰਬਰ ਤੇ ਹੈ ਪਿਆਰੇ ਬੱਚੋ ਤੁਹਾਨੂੰ ਜਨਰਲੀ ਪਤਾ ਹੋਣਾ ਚਾਹੀਦਾ ਕਿ ਐਸ ਦੀ ਪੋਜੀਸ਼ਨ 8ਵੇਂ ਨੰਬਰ ਤੇ ਆਏਗੀ ਕਿਉਂਕਿ ਰਾਈਟ ਨੰਬਰ ਤੋਂ ਕਿੰਨੇ 19 ਨੰਬਰ ਤੇ ਹੈ 19 ਤੇ 8 ਜਨਰਲੀ ਆਪਾਂ ਪੜਾਂਗੇ ਤਾਂ ਆਪਾਂ ਨੂੰ ਇਹਨਾਂ ਬਾਰੇ ਪਤਾ ਲੱਗ ਜਾਏਗਾ 27 ਹੋ ਜਾਣਗੇ ਠੀਕ ਹੈ ਜਨਰਲੀ ਤੁਹਾਨੂੰ ਪਤਾ ਲੱਗ ਜਾਏਗਾ ਨਾ ਚਲਿਏ ਤਾਂ ਹੁਣ ਜੇ ਆਪਾਂ ਨੂੰ ਪੁੱਛਿਆ ਜਾਂਦਾ ਹੈ ਕਿ ਐਸ ਦੀ ਪੋਜੀਸ਼ਨ ਰਾਈਟ ਸਾਈਡ ਤੋਂ 8ਵੇਂ ਨੰਬਰ ਤੇ ਹੈ ਦੱਸੋ ਐਸੇ ਐਸੇ ਐਸ ਦੇ ਐਸੇ ਐਸ ਦੇ ਲੈਫਟ ਤੇ ਤੀਜੇ ਨੰਬਰ ਤੇ ਕੀ ਹੋਏਗਾ ਤਾਂ ਜਨਰਲੀ ਆਪਾਂ ਰਾਈਟ ਤੋਂ ਪੜ ਕੇ ਲੈਫਟ ਜਾਣਾ ਹੈ ਤਾਂ ਟ੍ਰਿਕ ਨੰਬਰ ਏ ਹੋਏਗੀ ਕਿ ਜਦੋਂ ਵੀ ਤੁਸੀਂ ਰਾਈਟ ਸਾਈਡ ਤੋਂ ਯਾਦ ਰੱਖਣਾ ਹੈ ਕਿ ਰਾਈਟ ਸਾਈਡ ਤੋਂ ਤੁਸੀਂ ਪੜ ਕੇ ਔਰ ਲੈਫਟ ਜਾਓਗੇ ਤਾਂ ਤੁਹਾਡਾ ਹਮੇਸ਼ਾ ਜੋੜ ਹੀ ਰਹੇਗਾ ਮਤਲਬ ਕਿ ਜੇ ਤੁਸੀਂ ਸਹੀ ਹੋ ਪੋਜੀਟਿਵ ਹੋ ਤੁਹਾਡੇ ਨਾਲ ਜਿੰਨਾ ਮਰਜ਼ੀ ਕੋਈ ਲੜਾਈ ਕਰ ਲੇ ਉੱਥੇ ਤੁਹਾਡਾ ਸਮਝੌਤਾ ਹੋਣਾ ਹੀ ਹੋਣਾ ਹੈ ਜੇ ਤੁਸੀਂ ਵੀ ਅਗੂ ਲਾਲਬੰਬ ਹੋਗੇ ਤਾਂ ਹਮੇਸ਼ਾ ਤੁਹਾਨੂੰ ਹੀ ਨੁਕਸਾਨ ਮਿਲੇਗਾ ਰਾਈਟ ਇੱਕ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਗੱਲ ਦੱਸਦਾ ਹਾਂ ਲਾਈਫ ਦੇ ਵਿੱਚ ਯਾਦ ਰੱਖਿਓ ਯਾਰ ਦੇਖੋ ਸਾਨੂੰ ਬਹੁਤ ਸਾਰੇ ਬੰਦਿਆਂ ਦਾ ਫਿਤਰਤ ਅਲੱਗ-ਅਲੱਗ ਹੈ ਗੁੱਸਾ ਹਰ ਕਿਸੇ ਬੰਦੇ ਨੂੰ ਆਉਂਦਾ ਹੈ ਬਹੁਤ ਸਾਰਿਆਂ ਨੂੰ ਕਈ ਵਾਰੀ ਨਾ ਤੁਹਾਨੂੰ ਮੈਂ ਦੱਸ ਦਿੰਨਾ ਕਿ ਲਗਭਗ 2019 ਦੇ ਵਿੱਚ ਇੱਕ ਬੱਚੇ ਨੇ ਕਮੈਂਟ ਲਿਖਿਆ ਕਿ ਸਰ ਯੂ ਆਰ ਗੋਇੰਗ ਟੂ ਅਰੈਸਟ ਸੂਨ ਕਿਉਂਕਿ ਮੈਨੂੰ ਨਹੀਂ ਪਤਾ ਵੀ ਕਿਸ ਨੇ ਲਿਖਿਆ ਮੈਨੂੰ ਕਿਸੇ ਸਟੂਡੈਂਟ ਨੇ ਸਕਰੀਨਸ਼ਾਟ ਲੈ ਕੇ ਭੇਜਿਆ ਮੈਨੂੰ ਕਹਿੰਦੇ ਸਰ ਕਿਸੇ ਨੇ ਤੁਹਾਨੂੰ ਇਦਾਂ ਲਿਖਿਆ ਮੈਂ ਕਿਹਾ ਜੀ ਪਤਾ ਨਹੀਂ ਕਿਉਂਕਿ ਗੁੱਸਾ ਹੈ ਇਦਾਂ ਹੀ ਕਈ ਵਾਰੀ ਨਾ ਸਾਨੂੰ ਕਿਸੇ ਦੀ ਕਾਮਯਾਬੀ ਤੇ ਵੀ ਗੁੱਸਾ ਆਉਂਦਾ ਹੈ ਸਾਨੂੰ ਸਾਡੇ ਪੜੋਸੀਆਂ ਤੇ ਇਧਰ ਉਧਰ ਬਹੁਤ ਸਾਰਿਆਂ ਤੇ ਔਰ ਗੁੱਸੇ 'ਚ ਅਸੀਂ ਬਹੁਤ ਖਤਰਨਾਕ ਕੰਮ ਕਰ ਦਿੰਨੇ ਆਂ ਚਾਹ ਸਾਡਾ ਘਰ ਦਾ ਮਸਲਾ ਹੈ ਚਾਹ ਸਾਡਾ ਬਾਹਰ ਦਾ ਮਸਲਾ ਹੈ ਚਾਹ ਸਾਡਾ ਨਿੱਜੀ ਹੈ ਔਰ ਸਾਡਾ ਦੂਰ ਦਾ ਹੈ ਹਮੇਸ਼ਾ ਯਾਦ ਰੱਖੋ ਗੁੱਸਾ ਹਮੇਸ਼ਾ ਮੈਕਸਿਮਮ ਸਾਡੇ ਮਾਈਂਡ ਦੇ ਅੰਦਰ ਇੱਕ ਤੋਂ ਦੋ ਮਿੰਟ ਲਈ ਰਹੇਗਾ ਔਰ ਇਹੀ ਇੱਕ ਤੋਂ ਦੋ ਮਿੰਟ ਲਈ ਸਾਡੀ ਜ਼ਿੰਦਗੀ ਨੂੰ ਖਤਮ ਕਰ ਦਿੰਦਾ ਹੈ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਜਦੋਂ ਵੀ ਗੁੱਸਾ ਆਵੇ ਕਿਸੇ ਵੀ ਗੱਲ ਤੇ ਹਾਈਪਰ ਹੋ ਰਹੇ ਹੋ ਤਾਂ ਉਸ ਵਕਤ ਦੋਈ ਚੀਜ਼ਾਂ ਰੱਖੋ ਕਿ ਤੁਸੀਂ ਨਾ ਦੇਖੋ ਕਿਸੇ ਨਾਲ ਲੜਾਈ ਝਗੜਾ ਹੈ ਤਾਂ ਡੈਫੀਨਿਟਲੀ ਉਸਮ ਦਾ ਗੁੱਸਾ ਬਹੁਤ ਮੁਸ਼ਕਲ ਹੁੰਦਾ ਕੰਟਰੋਲ ਕਰਨਾ ਔਰ ਜੋ ਚੀਜ਼ ਜੋ ਬੰਦਾ ਇਸ ਵਕਤ ਆਪਣੇ ਆਪ ਨੂੰ ਕੰਟਰੋਲ ਕਰ ਗਿਆ ਉਹ ਲਾਈਫ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆ ਗਿਆ ਅਕਸਰ ਵਾਰ ਆਪਾਂ ਦੇਖਦੇ ਹਾਂ ਕਿ ਕਿਸੇ ਨੇ ਕਿਸੇ ਨੂੰ ਹਥਿਆਰ ਨਾਲ ਗੋਲੀ ਨਾਲ ਮਾਰਤਾ ਇਦਾਂ ਕਰਤਾ ਉਦਾਂ ਕਰਤਾ ਤਾਂ ਇਹ ਚੀਜ਼ਾਂ ਹੁੰਦੀਆਂ ਲਾਈਫ 'ਚ ਦਾਗ ਦਿੰਦੀਆਂ ਨਾ ਕਿ ਸ਼ੋਭਾ ਵਧਾਉਂਦੀਆਂ ਤਾਂ ਠੀਕ ਹੈ ਤੁਸੀਂ ਆਪਣੀ ਜਗ੍ਹਾ ਤੇ ਕੂਲ ਰਹੋ ਰਾਈਟ ਰਹੋ ਸਾਹਮਣੇ ਵਾਲਾ ਜਿੰਨਾ ਮਰਜ਼ੀ ਲੜ ਲੈ ਤੁਹਾਡਾ ਰਿਜ਼ਲਟ ਉੱਥੇ ਪੋਜ਼ਿਟਿਵ ਹੀ ਆਏਗਾ ਹੁਣ ਆਪਾਂ ਨੂੰ ਪੁੱਛਿਆ ਗਿਆ ਸੀ ਕਿ ਐਸ ਦੀ ਪੋਜੀਸ਼ਨ ਰਾਈਟ ਸਾਈਡ ਤੋਂ ਐਸ ਦੀ ਪੋਜੀਸ਼ਨ ਰਾਈਟ ਸਾਈਡ ਤੋਂ ਕਿੰਮੀ ਹੈ ਨੌਮੀ ਹੈ ਤਾਂ ਦੱਸੋ ਇਸੇ ਦੇ ਰਾਈਟ ਤੇ ਤੀਜੇ ਨੰਬਰ ਤੇ ਲੈਫਟ ਤੇ ਤੀਜੇ ਨੰਬਰ ਤੇ ਕੀ ਹੋਏਗਾ ਦ ਲੈਫਟ ਦੇ ਤੀਜੇ ਨੰਬਰ ਤੇ 12 ਹੋਣਗੇ ਹੁਣ 12 ਆਪਾਂ ਇਹ ਨਹੀਂ ਕਹਿਣਾ ਕਿ 12 ਸਿਰ ਐਲ ਵਾਲਾ ਕਿਉਂਕਿ ਆਪਾਂ ਇਥੋਂ ਗਿਣਨਾ ਰਾਈਟ ਤੋਂ ਸ਼ੁਰੂ ਕੀਤਾ ਹੈ ਤੇ ਰਾਈਟ ਦੇ ਹੀ 12 ਨੰਬਰ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ ਉੱਪਰ ਨਹੀਂ ਦੇਖਣਾ ਮੈਂ ਤੁਹਾਨੂੰ ਦਿਖਾਉਣਾ ਨਹੀਂ ਕੁਝ ਵੀ ਵੀ 12 ਨੰਬਰ ਤੇ ਕੀ ਆਏਗਾ ਹੁਣ ਦੇਖੋ ਤੁਹਾਨੂੰ ਇਹ ਪਤਾ ਹੈ ਕਿ 12 ਨੰਬਰ ਅਗਰ ਜੇ ਤੁਹਾਡੇ ਯਾਦ L ਵੀ ਹੈ ਬਾਈ ਦਾ ਵੀ ਤੁਹਾਡੇ ਯਾਦ ਅਗਰ L ਹੈ ਤਾਂ ਮੇਰੇ ਪਿਆਰੇ ਬੱਚੋ L ਦਾ ਉਲਟਾ ਕੀ ਹੁੰਦਾ ਲਵ ਹੁੰਦਾ ਹੈ ਨਾ ਮੈਂ ਤੁਹਾਨੂੰ ਕੱਲ ਲਿਖਾਏ ਸੀ ਨਾ ਕਿ L ਦਾ ਉਲਟਾ ਉਹ ਹੁੰਦਾ ਹੈ ਲਵ ਤਾਂ 15 ਨੰਬਰ ਇਹ ਵਾਲਾ ਤੁਹਾਡਾ L ਬਿਲਕੁਲ ਆਨਸਰ ਹੋਏਗਾ ਚਾਹੇ ਮੇਰੇ ਨਾਲ ਗਿੰਨਣ ਬੈਠ ਜੋ ਹੋਣੀ ਠੀਕ ਹੈ ਚਲੋ ਜੀ ਆਪਾਂ ਇਹਦਾ ਐਗਜ਼ਾਮਪਲ ਦੇਖ ਲੈਨੇ ਆ ਆ V W ਐਂਡ X ਐਂਡ Y ਐਂਡ Z ਚਲੋ ਜੀ 1 2 3 4 5 6 7 8 9 10 11 ਤੇ 12 ਆ ਲੋ ਜੀ ਕੀ ਆਏਗਾ ਤੁਹਾਡੇ ਕੋਲੇ ਉਹ ਆਏਗਾ ਕਿ ਨਹੀਂ ਆਏਗਾ ਆ ਦੇਖੋ ਮੇਰੇ ਪਿਆਰੇ ਬੱਚੋ ਉਹ ਆਏਗਾ ਕਿ ਨਹੀਂ ਆਏਗਾ ਬਿਲਕੁਲ ਆਇਆ ਕਿ ਨਹੀਂ ਆਇਆ ਤਾਂ ਡੈਫੀਨੇਟਲੀ ਇਹੀ ਚੀਜ਼ ਤੁਹਾਨੂੰ ਮੈਂ ਦੱਸਾਂਗਾ ਇਹੀ ਮੇਰੀ ਫਿਤਰਤ ਹੈ ਇਹੀ ਮੇਰਾ ਅੰਦਾਜ਼ ਹੈ ਤੁਹਾਨੂੰ ਕੰਮ ਕਰਾਉਣ ਦਾ ਇਸੇ ਕਰਕੇ ਮੈਂ ਤੁਹਾਨੂੰ ਤੁਹਾਡੇ ਇਹ ਸਵਾਲ ਹਨਾ ਤੁਹਾਡੀਆਂ ਜੜਾਂ 'ਚ ਬਿਠਾ ਦੂੰਗਾ ਮੈਂ ਤੁਹਾਨੂੰ ਔਰ ਕਿਸੇ ਦੀ ਹਿੰਮਤ ਨਹੀਂ ਹੋਏਗੀ ਕਿ ਸਵਾਲਾਂ 'ਚ ਤੁਹਾਨੂੰ ਡਰਾ ਦੇਗਾ ਕੋਈ ਟ੍ਰਿਕ ਨੰਬਰ ਚੌਥੀ ਹੈ ਜਦੋਂ ਵੀ ਅਸੀਂ ਰਾਈਟ ਸਾਈਡ ਤੋਂ ਪੜਦੇ ਆਂ ਰਾਈਟ ਸਾਈਡ ਤੋਂ ਸਾਨੂੰ ਪੁੱਛਿਆ ਜਾਂਦਾ ਔਰ ਰਾਈਟ ਤੋਂ ਰਾਈਟ ਪੁੱਛਿਆ ਜਾਏਗਾ ਰਾਈਟ ਤੋਂ ਰਾਈਟ ਪੁੱਛਿਆ ਜਾਏਗਾ ਤਾਂ ਹਮੇਸ਼ਾ ਉੱਥੇ ਮਾਈਨਸ ਹੋਣਗੇ ਹੁਣ ਇਹਨੂੰ ਆਪਾਂ ਜਨਰਲੀ ਗੱਲਬਾਤ ਚ ਐਡ ਨਹੀਂ ਕਰਨਾ ਕਿ ਹਾਂਜੀ ਸਰ ਆਪ ਰਾਈਟ ਹੈ ਦੂਜਾ ਵੀ ਰਾਈਟ ਹੈ ਤਾਂ ਫਿਰ ਉੱਥੇ ਮਾਈਨਸ ਕਿਉਂ ਹੋ ਰਿਹਾ ਇੱਥੇ અપਵਾਦ ਹੋ ਜਾਂਦਾ ਕਿਉਂਕਿ ਇੱਥੇ ਜਿੱਦ ਹੋ ਜਾਂਦੀ ਹੈ ਅਗਲਾ ਕਹਿੰਦਾ ਨਹੀਂ ਨਹੀਂ ਜੀ ਕੈਪਟਨ ਦੀ ਕੈਪਟਨ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀਆਂ ਜੀ ਕੈਪਟਨ ਨੂੰ ਤਜਰਬਾ ਬਹੁਤ ਹੈ ਤਜਰਬੇਦਾਰ ਹੀ ਸਾਡੀਆਂ ਜੜਾਂ ਵੱਢਦੀ ਇਹ ਗੱਲ ਮੇਰੀ ਨੋਟ ਕਰ ਲਿਓ ਤਜਰਬੇਦਾਰ ਬੰਦਾ ਹੁੰਦਾ ਨਾ ਹਮੇਸ਼ਾ ਜੜਾਂ ਉਹੀ ਵੱਡੇਗਾ ਅਣਜਾਣ ਜੜਾਂ ਨਹੀਂ ਵੱਡੇਗਾ ਅਣਜਾਣ ਬੰਦਾ ਕਿਤੇ ਨਾ ਕਿਤੇ ਡਰੇਗਾ ਇਹ ਚੀਜ਼ ਤੁਸੀਂ ਯਾਦ ਰੱਖਿਓ ਤੇ ਕਮ ਸੇ ਕਮ ਸਾਨੂੰ ਅਜ ਖੁੰਝੇ ਲਾ ਰੱਖਿਆ ਤੇ ਡੈਫੀਨਿਟਲੀ ਮੈਂ ਇਸਦੀ ਕੋਸ਼ਿਸ਼ ਵੀ ਪੱਖ ਨਹੀਂ ਰੱਖਣਾ ਚਾਹੁੰਦਾ ਪਰ ਜਨਰਲੀ ਆਮ ਦਾ ਆਲਸੋ ਦਾ ਮੈਂਬਰ ਆਫ ਪੰਜਾਬ ਸੋ ਆਈ ਕੈਨ ਆਈ ਕੈਨ ਰੇਚ ਮਾਈ ਵੌਇਸ ਠੀਕ ਹੈ ਅਤੇ ਇਹ ਚੀਜ਼ ਹੈਗੀ ਐ ਇਹ ਚੀਜ਼ਾਂ ਯਾਦ ਰੱਖਿਓ ਕਿ ਕਈ ਵਾਰ ਕੀ ਸੀਗਾ ਕਿ ਹਾਂਜੀ ਪਿਛਲੀ ਸਰਕਾਰ ਤੋਂ ਤੰਗ ਸੀ ਹਾਂਜੀ ਹਾਂਜੀ ਜੀ ਨਵੀਂ ਸਰਕਾਰ ਨੇ ਲਿਆਉਣੀ ਐ ਸਰਕਾਰ ਨੂੰ ਲਿਓ ਤੇ ਸਰਕਾਰ ਨੇ ਹੋਰ ਵੀ ਸਾਨੂੰ ਇਦਾਂ ਕਰਤਾ ਸੋ ਲੈਸਨ ਜ਼ਰੂਰ ਯਾਦ ਰੱਖਿਆ ਕਰੋ ਜੇ ਸਾਨੂੰ ਪੁੱਛਿਆ ਜਾਂਦਾ ਕਿ ਇੰਗਲਿਸ਼ ਅਲਫਾਬੈਟ ਨੂੰ ਰਾਈਟ ਸਾਈਡ ਤੋਂ ਪੜ੍ਹਦੇ ਵਕਤ ਕੀ ਆ ਜਾਂਦਾ ਹੈ ਇੰਗਲਿਸ਼ ਅਲਫਾਬੈਟ ਨੂੰ ਰਾਈਟ ਸਾਈਡ ਤੋਂ ਪੜ੍ਹਦੇ ਵਕਤ ਅਗਰ ਐਨ ਦੀ ਪੋਜੀਸ਼ਨ ਯਾਦ ਰੱਖੋ ਕਿ ਐਨ ਦੀ ਪੋਜੀਸ਼ਨ ਕਿੰਨੇ ਨੰਬਰ ਤੇ 13 ਨੰਬਰ ਤੇ ਐ ਰਾਈਟ ਸਾਈਡ ਤੋਂ ਬਲਕਿ ਲੈਫਟ ਤੋਂ ਤਾਂ 14 ਹੋਏਗੀ ਹੋਏਗੀ ਤਾਂ ਦੱਸੋ ਐਸੇ ਐਨ ਦੇ ਰਾਈਟ ਤੇ ਤੀਜੇ ਨੰਬਰ ਤੇ ਕੀ ਹੋਏਗਾ ਤਾਂ ਤੁਸੀਂ ਇੱਥੇ ਮਾਈਨਸ ਕਰ ਦੋਗੇ 13 ਚੋਂ 3 ਮਾਈਨਸ ਕੀਤੇ ਕਿੰਨੇ ਆਉਣਗੇ 10 ਤੇ 10 ਦੇ ਹੁਣ 10 ਨੰਬਰ ਤੁਸੀਂ ਗਿਣੋਗੇ ਥੋੜੀ ਬੈਕ ਸਾਈਡ ਤੋਂ ਥੋੜੀ ਇਦਾਂ ਗਿਣੋਗੇ ਕਿ ਜੈਡ ਵਾਈ ਐਕਸ ਡਬਲਿਊ ਫਿਰ ਇਦਾਂ ਕਰਕੇ ਨਹੀਂ ਯਾਰ ਇਹ ਕੰਮ ਬਿਲਕੁਲ ਨਹੀਂ ਕਰਨਾ ਪੜਾ ਕੰਮ ਨਹੀਂ ਕਰਨਾ ਦੇਖੋ 10 ਨੰਬਰ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕੀ 10 ਨੰਬਰ ਤੇ ਅਕਸਰ ਪਰ ਕੀ ਹੁੰਦਾ ਜੇ ਔਰ ਜੇ ਦਾ ਉਲਟਾ ਕੀ ਹੁੰਦਾ ਜਾਣੇ ਕਿਉਂ ਜਾਣੇ ਕਿਉਂ ਦੇਖੋ ਹੁਣ ਜੇ ਤਾਂ ਹੋਏਗਾ ਸਟਾਰਟਿੰਗ ਚ ਬਟ ਆਪਾਂ ਪਿੱਛੋਂ ਦੱਸਣਾ ਤੇ ਪਿੱਛੋਂ ਵਾਲਾ ਕਿਹੜਾ ਹੋ ਜਾਏਗਾ ਜਾਣੇ ਕਿਉਂ ਇਹ ਹੀ ਚੀਜ਼ਾਂ ਮੈਂ ਤੁਹਾਨੂੰ ਕੱਲ ਯਾਦ ਕਰਾਈਆਂ ਸੀ ਇਸੇ ਕਰਕੇ ਮੈਂ ਇਹ ਕਨਸੈਪਟ ਇਸ ਕਰਕੇ ਕਰਾ ਰਿਹਾ ਚਲੋ ਆਪਾਂ ਰਿਪੀਟ ਕਰਦੇ ਕੁਝ ਕੁਐਸ਼ਨਸ ਮੇਰੇ ਨਾਲ ਸਾਰੇ ਸਟੂਡੈਂਟਸ ਪਲੀਜ਼ ਰਿਪੀਟ ਕਰੋਗੇ ਸਿਰਫ ਮੈਂ ਔਰਲੀ ਬੋਲਾਂਗਾ ਬਾਅਦ ਵਿੱਚ ਮੈਂ ਤੁਹਾਨੂੰ ਥੱਲੇ ਕੁਐਸ਼ਨ ਵੀ ਕਰਾਵਾਂਗਾ ਠੀਕ ਹੈ ਚਲੋ ਪਹਿਲਾ ਕੁਐਸ਼ਨ ਹੈ ਅਗਰ ਇੰਗਲਿਸ਼ ਅਲਫਾਬੈਟ ਨੂੰ राइट right साइड तो पढ़ते वक्त किधरों पढ़ते वक्त राइट right साइड तो पढ़ते वक्त अगर मैं पूछा कि राइट right साइड तो पढ़ते वक्त अगर पप्पू की दी पुजिशन कि पुजिशन पूछ रहा है मैं पप्पू की पोजिशन ग्यारह नंबर पर है पप्पू की पोजिशन किन्ने नंबर पर है ग्यारह नंबर पर है दसो इसे पप्पू के राइट के तीजे नंबर पर कौन बैठा है ਕਪੂ ਦੇ ਰਾਈਟ ਤੇ ਤੀਜੇ ਤੇ ਕੌਣ ਬੈਠਾ ਹੈ ਮਤਲਬ ਮੈਂ ਰਾਈਟ ਦੇ ਕੇ ਰਾਈਟ ਪੁੱਛ ਰਿਹਾ ਤਾਂ ਡੈਫੀਨਿਟਲੀ ਹੈ ਕਿ 11 ਹੀ ਹੈਗਾ ਜਾਂ ਤੇ 11 ਦੇ ਵਿੱਚੋਂ ਤੀਜਾ ਨੰਬਰ ਮਾਈਨਸ ਹੋ ਜਾਏਗਾ ਤਾਂ ਤੁਹਾਡੇ ਕੋਲ ਕਿੰਨਾ ਬਚੇਗਾ 8 ਹੁਣ ਜਨਰਲੀ 8 ਨੰਬਰ ਤੇ ਕੌਣ ਹੁੰਦਾ ਐਚ ਹੁੰਦਾ ਹੈ ਜਨਰਲੀ 8 ਨੰਬਰ ਤੇ ਕੌਣ ਹੁੰਦਾ ਐਚ ਔਰ ਐਚ ਦਾ ਉਲਟਾ ਹਰਪਜਨ ਸਿੰਘ ਸੀਗਾ ਤਾਂ ਸਾਡਾ ਆਨਸਰ ਕੀ ਆਏਗਾ ਐਸ ਆਏਗਾ ਅੱਖਾ ਬੰਦ ਕਰਕੇ 8ਵਾਂ ਨੰਬਰ ਦੇਖ ਲਿਓ ਮੇਰੀ ਗਾਰੰਟੀ ਹੈ ਆਨਸਰ ਕਦੇ ਗਲਤ ਨਹੀਂ ਹੋਏਗਾ ਗਿਣ ਲਓ ਦੇਖੋ 1 ਹੋ ਗਿਆ 2 3 4 5 6 7 8 ਪਲੀਜ਼ ਸਮਝ ਆਇਆ ਤਾਂ ਮੈਨੂੰ ਲਿਖ ਦਿਓ ਪਲੀਜ਼ ਆਹੋ ਸਮਝ ਆਇਆ ਲਿਖ ਦਿਓ ਆਹੋ ਬਿਲਕੁਲ ਕਲੀਅਰ ਹੈ ਬਿਲਕੁਲ ਬਿਲਕੁਲ ਸਟੂਡੈਂਟਸ ਨੇ ਲਿਖਿਆ ਜੀ ਕੋਕਾ ਹੈ ਚਲੋ ਹੁਣ ਆਪਾਂ ਕੁਐਸਚਨਿੰਗ ਸ਼ੁਰੂ ਕਰਦੇ ਆਂ ਆ ਚੱਕੋ ਜੀ ਤੁਹਾਡੇ ਸਾਹਮਣੇ ਸਵਾਲ ਪਿਆ ਹੈ ਇਹ ਕਹਿੰਦਾ ਏ ਬੀ ਸੀ ਡੀ ਇਦਾਂ ਕਰਕੇ ਜ਼ेड ਤੱਕ ਹੈ ਵਿਚ ਲੈਟਰ ਇਨ ਦਾ ਅਲਫਾਬੈਟ ਇਜ਼ ਦਾ 8th 8th ਲੈਟਰ ਹੈ ਟੂ ਦਾ ਰਾਈਟ ਟੂ ਦਾ ਲੈਟਰ ਟੂ ਦਾ ਰਾਈਟ ਟੂ ਦਾ ਲੈਟਰ ਵਿਚ ਜ 10th ਲੈਟਰ ਟੂ ਦਾ ਲੈਫਟ ਆਫ ਲੈਫਟ ਆਫ ਦਾ ਲਾਸਟ ਬਟ 1 ਲੈਟਰ ਟੂ ਦਾ ਅਲਫਾਬੈਟ ਕਿਆ ਜ਼ਬਰਦਸਤ ਹਨਾਕੇ ਸਵਾਲ ਤੋਂ ਸਵਾਲ ਪੁੱਛਿਆ ਬਟ ਮੈਂ ਇਹਦਾ ਤੁਹਾਨੂੰ ਆਨਸਰ ਦੇ ਦਿੰਦਾ ਕੁਝ ਵੀ ਮੁਸ਼ਕਲ ਨਹੀਂ ਹੈ ਕੁਝ ਵੀ ਪਰੇਸ਼ਾਨ ਕਰਨ ਵਾਲਾ ਸਵਾਲ ਨਹੀਂ ਹੈ ਸਵਾਲ ਆਸਾਨ ਹੈ ਯਾਰ ਲੇਕਿਨ ਆਪਾਂ ਸਮਝਣਾ ਹੈ ਬੇਸਿਕਲੀ ਇਹਦਾ ਆਨਸਰ ਹੋਏਗਾ ਕਿਦਾਂ ਚਲੋ ਪਹਿਲਾ ਮੈਥਡ ਆਪਾਂ ਕੀ ਕਰਨਾ ਹੈ ਇਹ ਕਹਿੰਦਾ ਵੀ ਕਿਹੜਾ ਕਿਹੜਾ ਲੈਟਰ ਹੋਏਗਾ 8th ਲੈਟਰ ਟੂ ਦਾ ਰਾਈਟ ਸਾਈਡ ਰਾਈਟ ਸਾਈਡ ਐਂਡ ਵਿਚ ਇਜ਼ ਦਾ 10th ਲੈਟਰ ਟੂ ਦਾ ਲੈਫਟ ਲੈਫਟ ਆਫ ਦਾ ਲਾਸਟ ਲੈਫਟ ਆਫ ਦਾ ਲਾਸਟ but one last but one letter of the alphabet i mean dekho one letter itthe sade kole ki y hai last one ho jega ki last one to pehla ho gaya theek hai last one to pehla apne kole y hai hun y to apan nu ki puchya gaya ba unne puchya ki 10th letter ki puchya ba 10th letter puchya 10th letter of the left ho gaya 10 letter of the left ho gaya ਚਲੋ ਜੀ ਗਾਇਸ ਹੁਣ ਦੇਖੋ ਬੇਸਿਕਲੀ ਕਨਸੈਪਟ ਸਾਡਾ ਕੀ ਬਣੇਗਾ ਕਨਸੈਪਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਬਿਲਕੁਲ ਵੀ ਡਰਨਾ ਨਹੀਂ ਹੈ ਹਾਲਾਂਕਿ ਸਵਾਲ ਦੇ ਵਿੱਚ ਦੋ ਤਿੰਨ ਸਵਾਲ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਜਰਨਲਿਸਟ ਸਵਾਲ ਪੁੱਛ ਲੈਣਾ ਜਰਨਲਿਸਟ ਸਵਾਲ ਮੈਂ ਪੁੱਛਾਂਗਾ ਪਹਿਲਾਂ ਦੇਖੋ ਮੇਰੀ ਤਰਫੋਂ ਸਵਾਲ ਪੁੱਛਿਆ ਜਾ ਰਿਹਾ ਸਾਰੇ ਜਣੇ ਪਲੀਜ਼ ਕਮੈਂਟ ਬਾਕਸ ਅਨਸਰ ਦੇਣ ਦੀ ਕੋਸ਼ਿਸ਼ ਕਰਿਓ ਕਿ ਵਿਚ ਲੈਟਰ ਇਜ਼ ਦਾ ਅਲਫਾਬੈਟਿਕ 8th ਫਰੋਮ ਦਾ ਰਾਈਟ ਹੈਂਡ ਰਾਈਟ ਹੈਂਡ ਤੋਂ 8ਵਾਂ ਕਿਹੜਾ ਹੋਏਗਾ ਤੁਸੀਂ ਗਿਣਕੇ ਵੀ ਦੱਸ ਸਕਦੇ ਹੋ ਚਲੋ ਇੱਥੇ ਅਗਰ Z ਤੋਂ ਮੈਂ ਗਿਣਾਗਾ ਤਾਂ 8ਵਾਂ ਲੈਟਰ ਠੀਕ ਹੈ ਦੂਜੀ ਗੱਲ ਹੈ ਇਹਨਾਂ ਨੇ ਕਿਹਾ ਕਿ ਲਾਸਟ ਵਨ ਲਾਸਟ ਵਨ ਦਾ ਮਤਲਬ ਹੈ ਆਪਾਂ Y ਤੋਂ ਗਿਣਨੇ ਆ ਹੁਣ Y ਤੋਂ ਗਿਣਾਂਗੇ ਤਾਂ Y ਦੀ ਪੋਜੀਸ਼ਨ ਆਪਾਂ ਲੈਫਟ ਤੋਂ ਹੀ ਗਿਣੀ ਹੈ ਨਾ ਰਾਈਟ ਤੋਂ ਤਾਂ ਇਹਨਾਂ ਨੇ ਕਿਹਾ ਨਹੀਂ ਹੈ ਰਾਈਟ ਤੋਂ ਤਾਂ ਪੋਜੀਸ਼ਨ ਦੱਸਣੀ ਹੈ ਇੱਥੋਂ ਦੱਸਿਆ ਕਿ ਲਾਸਟ ਵਨ ਲਾਸਟ ਵਨ ਦਾ ਮਤਲਬ ਕੀ ਹੈ ਕਿ ਆਪਣੇ ਕੋਲ 10th ਕਿਹੜਾ ਹੋਏਗਾ ਤਾਂ ਦੇਖੋ 1 2 3 ਜੇ ਮੈਂ ਇੱਥੇ Y ਦੀ ਪੋਜੀਸ਼ਨ ਮੈਨੂੰ ਪਤਾ ਹੈ ਕਿ 25 ਨੰਬਰ ਹੈ ਠੀਕ ਹੈ 25 ਨੰਬਰ ਤੇ ਇਹ ਲੈਫਟ ਤੋਂ ਹੈ ਤੇ ਲੈਫਟ ਦੇ ਕੇ ਲੈਫਟ ਮਾਈਨਸ ਹੋਏਗਾ ਤਾਂ ਆਪਾਂ 10 ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਗਿਆ 15 ਤਾਂ 15 ਤੇ ਆਪਣੇ ਕੋਲੇ ਕੀ ਪਿਆ ਵਾ O ਪਿਆ ਜਨਰਲੀ ਆਪਣੇ ਕੋਲੇ ਕਿਹੜਾ ਪਿਆ O ਪਿਆ ਕਿਉਂਕਿ ਆਪਾਂ ਸੀਰੀਜ਼ ਹੈ ਆਪਾਂ ਇਹਨਾਂ ਨੇ ਜਨਰਲੀ ਨਹੀਂ ਕਿਹਾ ਕਿ ਤੁਸੀਂ ਸਾਰੀ ਦੀ ਸਾਰੀ ਰਾਈਟ ਤੋਂ ਰੀਡ ਕਰੋ ਨਹੀਂ ਆਪਾਂ ਰੀਡ ਕਿੱਥੋਂ ਕੀਤੀ ਹੈ ਲੈਫਟ ਤੋਂ ਕੀਤੀ ਹੈ ਤਾਂ ਸੋ ਥੈਟ ਕਿ ਆਪਾਂ ਕਹਾਂਗੇ ਕਿ O ਦੀ ਪੋਜੀਸ਼ਨ 15 ਨੰਬਰ ਤੇ ਹੈ ਹੁਣ ਉਹ ਕਹਿੰਦਾ ਕਿ ਵਿਚ ਲੈਟਰ ਇਜ਼ ਥਿਸ ਅਲਫਾਬੇਟ ਇਜ਼ 8th ਲੈਟਰ टू द राइट ऑफ द राइट ऑफ द लेटर मतलब कि ਜਿਹੜਾ ਲੈਟਰ ਆਪਾਂ ਹੁਣ ਉਹ ਫਾਈਂਡ ਕੀਤਾ ਇਸ ਦੇ ਰਾਈਟ ਦੱਸੋ 8ਵੇਂ ਨੰਬਰ ਤੇ ਕਿਹੜਾ ਹੋਏਗਾ ਕਿਉਂਕਿ ਇਹ ਜਿਹੜਾ ਉਹ ਹੈ ਇਹ ਐਲ ਮਤਲਬ ਲੈਫਟ ਸਾਈਡ ਤੋਂ ਹੈ ਤਾਂ ਲੈਫਟ ਦੇ ਕੇ ਆਪਾਂ ਆਰ ਯਾਨੀ ਲੜਾਈ ਹੋ ਜੇ ਰਾਜinama ਜੁੜ ਜਾਂਦੇ ਆ ਤਾਂ ਪਲੱਸ ਆਪਾਂ 8 ਜੋੜ ਦਾਂਗੇ 8 ਜੋੜ ਦਾਂਗੇ ਤਾਂ ਮੇਰੇ ਪੈਰੇ ਵਿੱਚੋਂ ਕੀ ਹੋ ਜਾਏਗਾ 23 ਔਰ 23 ਤੇ ਕੀ ਹੁੰਦਾ W ਆਈ ਮੀਨ ਕਿ ਆਪਸ਼ਨ ਨੰਬਰ ਕਿਹੜਾ ਹੋ ਜਾਏਗਾ ਤੁਸੀਂ ਕਹਿ ਸਕਦੇ ਹੋ ਡੰਕੇ ਦੀ ਝੋਟ ਤੇ ਬਿਜਾ ਕੇ ਕਹਿ ਸਕਦੇ ਹੋ ਕਿ W ਦਾ ਆਨਸਰ ਹੋਏਗਾ ਰਾਈਟ ਘਬਰਾਉਣਾ ਬਿਲਕੁਲ ਨਹੀਂ ਹੈ ਵਾਪਸ ਤੋਂ ਰਿਪੀਟ ਕਰ ਦਣਾ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਉਹ ਦੱਸੋ ਕਿ ਅੱਠਵਾਂ ਅੱਖਰ ਰਾਈਟ ਸਾਈਡ ਤੋਂ ਕਿਹੜਾ ਹੋਏਗਾ ਕਿਹੜਾ ਹੋਏਗਾ ਜਿਹੜਾ ਕਿ ਜਿਹੜਾ ਕਿ ਲਾਸਟ ਵਨ ਯਾਨੀ ਮਤਲਬ ਪਿਛਲੇ ਇੱਕ ਨੂੰ ਛੱਡ ਕੇ ਉਹਦੇ ਉਸ ਦੇ ਯਾਨੀ ਲੈਫਟ ਤੇ 10ਵੇਂ ਨੰਬਰ ਤੇ ਮੌਜੂਦ ਹੈ 10ਵੇਂ ਨੰਬਰ ਦਾ ਕੇਸ ਇਹ ਹੋ ਗਿਆ ਕਿ ਜਿਹੜਾ ਮਤਲਬ ਇਧਰੋਂ ਲਾਸਟ ਤੋਂ ਇੱਕ ਛੱਡ ਕੇ ਔਰ ਇੱਥੇ ਇਸ ਦੇ 10ਵੇਂ ਖੱਬੇ ਦੇ ਔਰ ਫਿਰ ਇਸੇ ਦੇ ਰਾਈਟ ਦੇ 8ਵਾਂ ਨੰਬਰ ਕਿਹੜਾ ਹੋਏਗਾ ਇਹ ਸਵਾਲ ਦਾ ਸਵਾਲ ਇਦਾਂ ਉਲਝਾ ਕੇ ਸੀਗਾ ਤਾਂ ਮੈਂ ਉਹਦਾ ਆਨਸਰ ਤੁਹਾਨੂੰ ਦੇ ਦਿੱਤਾ ਹੈ ਕਲੀਅਰ ਹੈ ਕੋਈ ਦਿੱਕਤ ਨਹੀਂ ਸਾਰਿਆਂ ਨੂੰ ਸਮਝ ਆ ਗਿਆ ਬਿਲਕੁਲ ਵੀ ਪਰੇਸ਼ਾਨੀ ਹੋਣਾ ਆਪਾਂ ਫਿਰ ਅੱਗੇ ਕੰਟੀਨਿਊ ਸਵਾਲ ਨੂੰ ਜ਼ਰੂਰ ਕਰਾਂਗੇ ਠੀਕ ਹੈ ਚਲੋ ਜੀ ਮੈਂ ਇਸੇ ਸਵਾਲ ਦੇ ਵਿੱਚ ਸਵਾਲ ਐਡ ਕਰਕੇ ਪੁੱਛਾਂਗਾ ਤਾਂ ਕਿ ਮੇਰੇ ਜਿੰਨੇ ਵੀ ਸੁਭਚਿੰਤਕ ਵਿਦਵਾਨ ਮਿੱਤਰ ਹੈ ਕਿਸੇ ਵੀ ਦਿਮਾਗ ਦੀ ਵਿੱਚ ਸ਼ੰਕਾ ਕੁਝ ਵੀ ਵਹਿਮ ਨਾ ਰਵੇ ਜਿੱਦਾਂ ਕਿ ਆਪਾਂ ਇੱਕ ਸਵਾਲ ਕਰਦੇ ਹਾਂ ਨੈਕਸਟ ਮੇਰੀ ਤਰਫੋਂ ਸਵਾਲ ਪੁੱਛਿਆ ਜਾ ਰਿਹਾ ਤੁਸੀ ਦੱਸਣਾ ਹੈ ਕਿ ਵਿਚ ਇਜ਼ ਦਾ विच इज द देंथ लेटर ऑफ द फॉलोइंग ठीक है बट नाइन्थ नाइन्थ टू द राइट ऑफ द फॉलोइंग ठीक है चलिए ਮਤਲਬ ਕਿ ਤੁਸੀਂ ਹੁਣ ਇੱਥੇ ਤੁਹਾਨੂੰ ਦੋ ਸਵਾਲ ਪੁੱਛ ਲਏ ਮੈਂ ਇਹਨੂੰ ਇਨਕੰਪਲੀਟ ਕਰਕੇ ਕੁਐਸਚਨ ਕਰ ਰਿਹਾ ਬਟ ਮੈਂ ਜਨਰਲਿ ਸਮਝਾ ਦਿੰਨਾ ਤੁਸੀਂ ਦੱਸਣਾ ਹੈ ਕਿ 10ਵਾਂ ਲੈਫਟ ਤੋਂ ਕਿਹੜਾ ਹੋਏਗਾ ਮਤਲਬ ਕਿ ਸੀਰੀਜ਼ ਦੇ ਨੌਵੇਂ ਰਾਈਟ ਤੋਂ ਨੌਵੇਂ ਦਾ ਰਾਈਟ ਹੈ ਹੁਣ ਦੇਖੋ ਨੌਵਾਂ ਰਾਈਟ ਆਪਾਂ ਦੇਖਾਂਗੇ ਇੱਥੋਂ ਰਾਈਟ ਸਾਈਡ ਤੋਂ ਤਾਂ ਆਪਣੇ ਕੋਲ ਜਨਰਲਿਸ ਸਾਨੂੰ ਪਤਾ ਹੈ ਕਿ ਨੌਵਾਂ ਰਾਈਟ ਕਿਹੜਾ ਆਏਗਾ ਨੌਵਾਂ ਰਾਈਟ ਆਏਗਾ ਸਾਡੇ ਕੋਲੇ ਆਰ ਆਏਗਾ ਕਿਹੜਾ ਆਏਗਾ ਆਰ ਆਏਗਾ ਇਸੇ ਆਰ ਦਾ ਮਤਲਬ ਹੈ ਕਿ ਇਹ ਮੈਂ ਰਾਈਟ ਸਾਈਡ ਤੋਂ ਗਿਣਿਆ ਆ ਰਾਈਟ ਸਾਈਡ ਤੋਂ ਗਿਣਾਗਾ ਤੇ ਇਹਦੀ ਪੋਜੀਸ਼ਨ ਕਿੰਨੀ ਬਣਦੀ ਹੈ 9 ਬਣਦੀ ਹੈ ਬਟ ਇਹਦੀ ਰਾਈਟ ਦੇ ਵਿੱਚ ਸਾਨੂੰ ਬੈਕ ਸਾਈਡ ਤੋਂ ਲੈਫਟ ਪੁੱਛਿਆ ਕਿੰਨੇ ਨੰਬਰ ਤੇ 10 ਨੰਬਰ ਤੇ ਤਾਂ ਆਪਾਂ 10 ਨੰਬਰ ਵਾਲਾ ਐਲ ਜੋੜ ਦਾਂਗੇ ਟੋਟਲ ਕਿੰਨਾ ਹੋ ਜਾਏਗਾ 9 ਤੇ ਪਲੱਸ 10 ਟੋਟਲ ਹੋ ਜਾਏਗਾ 19 ਹੁਣ 19 ਨੰਬਰ ਆਪਾਂ ਕਿੱਧਰੋਂ ਸ਼ੁਰੂ ਕੀਤਾ ਸੀ ਆਪਾਂ ਰਾਈਟ ਤੋਂ ਪੜਨਾ ਸ਼ੁਰੂ ਕੀਤਾ ਸੀਗਾ ਤਾਂ ਆਪਾਂ ਰਾਈਟ ਤੋਂ 19 ਥੋੜੀ ਗਿਣਾਂਗੇ ਇਦਾਂ ਕਿ Z X Y T ਇਦਾਂ ਨਹੀਂ ਯਾਰ ਵੈਸੇ 19 ਯਾਦ ਰੱਖ ਲਓ ਤੁਹਾਡਾ 19 ਨੰਬਰ S ਬਣਦਾ ਹੈ ਔਰ ਇਸ ਦਾ ਉਲਟਾ ਹਰਪਜਨ ਸਿੰਘ ਸੀਗਾ ਤੁਹਾਡਾ ਆਨਸਰ ਐਚ ਆਏਗਾ ਟਿਕ ਕਰਕੇ ਤੁਸੀਂ ਬਾਹਰ ਆ ਜਾਓ 100% ਤੁਹਾਡਾ ਆਨਸਰ ਸਹੀ ਹੋਏਗਾ ਠੀਕ ਹੈ ਆਪਾਂ ਹੋਰ ਵੀ ਸਵਾਲ ਕਰਾਂਗੇ ਬਿਲਕੁਲ ਡਰਨ ਵਾਲੀ ਗੱਲ ਨਹੀਂ ਹੈ ਸੈਸ਼ਨ ਸ਼ੇਅਰ ਕਰ ਦਿਓ ਬਹੁਤ ਦੇਖੋ ਆਸਾਨ-ਆਸਾਨ ਪਿੱਕ ਕੀਤਾ ਤੁਹਾਨੂੰ ਬਹੁਤ ਸਰਨ ਲੱਗੇਗਾ ਕਿ ਸਰ ਬਹੁਤ ਇਧਾ ਹਲਕੇ ਜਿਹੇ ਕੁਐਸਚਨ ਕਰਵਾ ਰਹੇ ਹਾਂ ਬਟ ਦੇਖੋ ਕਨਸੈਪਟ ਆਪਾਂ ਸਾਰੇ ਕਰਨੇ ਆ ਤੁਹਾਡੇ ਰਿਲੇਟਿਵਸ ਤੁਹਾਡਾ ਜਾਣਕਾਰ ਕਿਉਂਕਿ ਜਿਨ੍ਹਾਂ ਨੇ ਪਾਸ ਆਊਟ ਕਰਨਾ ਹੈ ਸੈਮੈਸਟਰ ਹੁਣ ਪਾਸ ਆਊਟ ਕਰਨੇ ਆ ਤਾਂ ਬੇਸਿਕਲੀ ਉਹਨਾਂ ਨੇ ਵੀ ਪ੍ਰੈਪਰੇਸ਼ਨ ਕਰਨਾ ਹੈ ਨਾ ਇਨਾਂ ਨੂੰ ਇਹਨਾਂ ਨੂੰ ਅਲਫਾਬੈਟਿਕਲੀ ਆਰਡਰ ਨਾਲ ਅਰੇਂਜ ਕਰਨਾ ਹੈ ਤਾਂ ਪਲੀਜ਼ ਸਾਰੇ ਸਟੂਡੈਂਟ ਜਿਨਨੇ ਵੀ ਕੁਐਸਚਨ ਤੁਹਾਡੇ ਲਈ ਹੈ ਤੁਸੀਂ ਖੁਦ ਇਹਨੂੰ ਕਰਕੇ ਕਮੈਂਟ ਬਾਕਸੇ ਵਿੱਚ ਮੈਨੂੰ ਆਨਸਰ ਦੇ ਦਿਓ ਮੈਂ ਰਿਪੀਟ ਕਰਾ ਰਿਹਾ ਹਾਂ ਕੁਝ ਕੁਐਸਚਨ ਤੁਹਾਨੂੰ ਅਗਲਾ ਕੁਐਸਚਨ ਹੈ ਕਿ ਇਫ ਇਟ ਇਜ਼ ਪੋਸੀਬਲ ਟੂ ਫਾਰਮ ਮੇਕ a ਫਸਟ ਫੋਰਥ ਐਂਡ ਸੈਵਨਥ ਐਂਡ 11ਥ ਮਤਲਬ ਕਿ ਪਹਿਲਾ ਚੌਥਾ ਸਤਵਾਂ ਅਤੇ 11ਵਾਂ ਅੱਖਰ ਨੂੰ ਜੋੜ ਕੇ ਇੱਕ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਠੀਕ ਹੈ ਇਹ ਪਾਰਟिकुलर ਸਾਨੂੰ ਇਦਾਂ ਇੱਕ मीनिंगफुल ਵਰਡ ਦਿੰਦਾ ਹੈ ਇਹ ਕਹਿਣਾ ਕਿ ਉਹਦਾ ਸੈਕਿੰਡ ਲੈਟਰ ਕੀ ਹੋਏਗਾ ਕਿ ਸੈਕਿੰਡ ਲੈਟਰ ਆਫ ਦੈ ਠੀਕ ਹੈ ਅਦਰਵਾਈਜ਼ ਐਕਸ ਇਜ਼ ਦਾ ਆਨਸਰ ਅਦਰਵਾਈਜ਼ ਕੁਛ ਨਹੀਂ ਬਣਦਾ ਤਾਂ ਮਤਲਬ ਤੁਸੀਂ ਉਹ ਐਕਸ ਆਨਸਰ ਵੀ ਦੇ ਸਕਦੇ ਹੋ ਚਲੋ ਜੀ ਕੀ ਹੋਏਗਾ ਚਲੋ ਪਹਿਲਾ ਤਾਂ ਆਪਣੇ ਕੋਲੇ ਕੀ ਹੈ ਐਸ ਹੈ ਜੇ ਆਪਾਂ ਗੱਲ ਕਰੀਏ ਚੌਥਾ ਤੇ ਚੌਥਾ ਆਪਣੇ ਕੋਲੇ ਕੀ ਹੈ ਈ ਹੈ ਫਿਰ ਆਪਣੇ ਕੋਲੇ ਸੱਤਵਾਂ ਠੀਕ ਹੈ ਤਾਂ 2 2 4 2 6 ਤੱਕ ਸੱਤਵਾਂ ਹੋਏਗਾ ਆਪਣੇ ਕੋਲੇ ਐਲ ਤੇ 11ਵਾਂ ਆਪਣੇ ਕੋਲੇ ਕੀ ਹੋਏਗਾ ਪਿਆਰੇ ਬੱਚੋ ਵੀ ਦੇਖ ਲੈਣੇ 2 2 4 2 6 ਤੇ 2 8 8 ਤੇ 3 11 ਮਤਲਬ ਇਹ ਹੋ ਗਿਆ ਡੈਫੀਨਿਟਲੀ ਸਾਨੂੰ ਕੀ ਲੱਗ ਰਿਹਾ ਲੈਸ ਮਿਲ ਜੇਗਾ ਇਹਦਾ ਠੀਕ ਹੈ ਤਾਂ ਲੈਸ ਦਾ ਦੂਜਾ ਅੱਖਰ ਕੀ ਹੋਏਗਾ ਈ অপਸ਼ਨ ਨੰਬਰ ਬੀ ਬਿਲਕੁਲ ਰ ਇਦਾਂ ਆਪਾਂ ਯੂਜ਼ ਕਰਨਾ ਹੈ ਆਈ ਥਿੰਕ ਬਹੁਤ ਹੀ ਐਪਰੋਪਰੀਏਟ ਹੈ ਔਰ ਬਿਲਕੁਲ ਕਨਸੈਪਟ ਸਿੰਪਲ ਜਿਹਾ ਹੈ ਇਹੋ ਜੇ ਤੁਹਾਨੂੰ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਣਗੇ ਸੇਮ ਹੀ ਤੁਹਾਨੂੰ ਇੱਥੇ ਦਿੱਤਾ ਗਿਆ ਹੈ ਪਲੀਜ਼ ਇਹਦਾ ਆਨਸਰ ਵੀ ਕਮੈਂਟ ਬਾਕਸ 'ਚ ਤੁਸੀਂ ਦੇਣਾ ਹੈ ਇੰਪੋਰਟੈਂਟ ਹੈ ਚਲੋ ਅਗਲਾ ਕੁਐਸਚਨ ਹੈ ਅਗਲਾ ਕੁਐਸਚਨ ਹੈ ਕਿ ਇਫ ਦਾ ਫੋਲੋਇੰਗ ਆਫ 5 ਵਰਡਸ ਆਰ ਅਰੇਂਜਡ ਇਨ ਦਾ ਅਲਫਾਬੈਟਿਕਲੀ ਆਰਡਰ ਵਿਚ ਵਰਡ ਵਿਲ ਬੀ ਦਾ ਮਿਡਲ ਤਾਂ ਇਦਾਂ ਦੇ ਕੁਐਸਚਨ ਤੁਹਾਨੂੰ ਪੀਐਸਪੀਸੀਐਲ ਚ ਵੀ ਦੇਖਣ ਨੂੰ ਮਿਲੇ ਇਹਨਾਂ ਨੂੰ ਮਿਡਲ ਕਿਹੜਾ ਅਰੇਂਜ ਹੋਏਗਾ ਉਹ ਤੁਸੀਂ ਦੱਸਣਾ ਹੈ ਠੀਕ ਹੈ ਚਲੋ ਅਗਲਾ ਕੁਐਸਚਨ ਹੈ ਕਿ ਫਾਈਂਡ ਦਾ 11ਥ ਲੈਟਰ ਟੂ ਦਾ ਲੈਫਟ ਆਫ 20ਥ ਲੈਟਰ ਫਰੋਮ ਦਾ ਲੈਫਟ ਇਨ ਇੰਗਲਿਸ਼ ਅਲਫਾਬੈਟ ਕੀਆ ਖੂਬਸੂਰਤ ਕੁਐਸਚਨ ਹੈ ਹੁਣ ਤੁਸੀਂ ਲੱਭੋ ਸੀਰੀਜ਼ ਕਿੱਥੋਂ ਲੱਭੋ ਕਿੱਥੋਂ ਗਿਣੋਗੇ ਇਹ ਨਹੀਂਗਾ ਕਿ ਹਰ ਕੁਐਸਚਨ ਵਾਸਤੇ ਤੁਸੀਂ ਅਲਫਾਬੈਟ ਲ ਇਹ ਕਹਿੰਦਾ ਫਾਈਂਡ ਦਾ 11ਵਾਂ ਲੈਟਰ ਲੈਫਟ ਕਿਹੜੇ ਦੇ ਲੈਫਟ 20ਵੇਂ ਅੱਖਰ ਦੇ ਜੋ ਕਿ ਅੰਗਰੇਜ਼ੀ ਅਲਫਾਬੈਟ ਦੇ ਲੈਫਟ ਹੈ ਮਤਲਬ ਕਿ ਲੈਫਟ ਦੇ ਲੈਫਟ ਤੁਸੀਂ ਲੱਭਣਾ ਯਾਰ ਆ ਚੱਕੋ ਜੀ ਐਲ ਦੇ ਕਿ ਐਲ ਮਾਈਨਸ ਕਰ ਦਿਓ 20 11 ਬਰਾਬਰ ਤੁਹਾਡੇ ਕੋਲੇ ਕੀ ਹੋਏਗਾ ਨੌਵੇਂ ਨੰਬਰ ਤੇ ਆਈ ਹੁੰਦਾ ਅਨਸਰ ਟਿਕ ਕਰ ਦਿਓ ਡੀ ਕੰਪਲੀਟ ਹੋ ਗਿਆ ਕੰਮ ਅਨਸਰ ਆਪਣਾ ਕੰਪਲੀਟ ਹੋ ਗਿਆ ਚਲਿਏ ਚਲਿਏ ਵੈਰੀ ਗੁੱਡ ਬਹੁਤ ਅੱਛਾ ਸ਼ਾਬਾਸ਼ ਠੀਕ ਹੈ ਜੀ ਬਸ ਇਦਾਂ ਹੀ ਆਪਾਂ ਕਨਸੈਪਟ ਕਵਰ ਕਰਨਾ ਹੈ ਇਹਨਾਂ ਨੇ ਆਪਾਂ ਨੂੰ ਇਹੀ ਗੱਲ ਕਹੀ ਹੈ ਕਿ 11ਵਾਂ ਅੱਖਰ ਦੱਸੋ 20ਵੇਂ ਦੇ ਲੈਫਟ ਸਾਈਡ ਤੋਂ ਚਲੋ ਜੇ ਆਪਾਂ ਇੱਥੋਂ ਕਾਊਂਟ ਵੀ ਕਰਾਂਗੇ ਤਾਂ ਆਪਾਂ ਨੂੰ 20ਵਾਂ ਕੀ ਮਿਲੇਗਾ 20ਵਾਂ ਮਿਲੇਗਾ ਪਰ ਉਹ T ਉਹ T ਦੇ ਲੈਫਟ ਦੇ ਵਿੱਚ ਆਪਾਂ ਵਾਪਸ ਤੋਂ ਗਿਣਾਂਗੇ T ਦੇ ਵਾਪਸ ਆਪਾਂ 11ਵਾਂ ਗਿਣਨਾ ਹੈ ਤਾਂ ਆਪਾਂ ਨੂੰ 11ਵਾਂ ਮਿਲੇਗਾ ਆਈ ਤਾਂ ਆਪਸ਼ਨ ਨੰਬਰ D ਬਿਲਕੁਲ ਕਰੈਕਟ ਹੋਏਗਾ ਕੋਈ ਦਿੱਕਤ ਨਹੀਂ ਹੈ ਸਾਰੇ ਸਟੂਡੈਂਟਸ ਨੂੰ ਸਮਝ ਆ ਗਿਆ ਮੈਂ ਦੇਖੋ ਕੁਝ ਹੀ ਸੈਕਿੰਡ ਚ ਆਨਸਰ ਦਿੱਤਾ ਤੁਹਾਨੂੰ ਐਦਾਂ ਹੀ ਮੈਂ ਚਾਹੁੰਦਾ ਕਿ ਸਾਰੇ ਸਟੂਡੈਂਟਸ ਪਲੀਜ਼ ਮੇਰੇ ਇਸ ਗੱਲ ਨੂੰ ਫੋਲੋ ਕਰਨ ਜੇ ਇਹੀ ਕੁਐਸਚਨ ਇਹ ਹੁੰਦਾ ਕਿ ਫਾਈਂਡ ਦਾ 11th ਲੈਟਰ ਟੂ ਦਾ ਰਾਈਟ ਟੂ ਦਾ ਇੱਥੇ ਜੇ ਰਾਈਟ ਹੁੰਦਾ ਆਫ ਦਾ 20th ਲੈਟਰ ਫਰਮ ਦਾ ਲੈਫਟ ਹੈਂਡ ਦੇਖੋ ਹੁਣ ਜੇ ਮੈਂ ਇੱਥੋਂ ਲਿਖਦਾ ਕਿ ਐਲ ਸਾਨੂੰ ਦਿੱਤਾ ਗਿਆ ਕਿਉਂਕਿ ਦੇਖੋ ਅੰਗਰੇਜ਼ੀ ਚ ਕੀ ਹੁੰਦਾ ਨਾ ਬੈਕ ਸਾਈਡ ਤੋਂ ਗਿਨੇ ਜਾਂਦੇ ਇਹ ਵੀ ਤੁਸੀਂ ਯਾਦ ਰੱਖੋਗੇ ਤੇ ਇੱਥੇ ਰਾਈਟ ਲਿਖ ਦਿੰਦੇ ਇੱਥੇ ਆਪਾਂ ਲਿਖ ਦਿੰਦੇ 20 11 ਟੋਟਲ 31 ਹੋਗੇ ਹੁਣ ਤੁਹਾਡੇ ਦਿਮਾਗ ਜਾਏਗਾ ਸਰ 31 ਤਾਂ ਅਖਰੀ ਨਹੀਂ ਹੁੰਦੇ ਨਹੀਂ ਯਾਰ 26 ਤੋਂ ਬਾਅਦ 5 ਉੱਤੇ ਆ ਨਾ ਤਾਂ ਪੰਜਵੇਂ ਨੰਬਰ ਤੇ ਸਾਡੇ ਕੋਲ ਕੀ ਹੋ ਜਾਣਾ ਸੀਗਾ ਬਈ ਆਪਣੇ ਕੋਲੇ ਪੰਜਵੇਂ ਨੰਬਰ ਤੇ ਕੀ ਹੋ ਜਾਣਾ ਸੀਗਾ ਫਿਰ ਈ ਆਨਸਰ ਆ ਜਾਂਦਾ ਇਹ ਵੀ ਪੁੱਛਿਆ ਜਾ ਸਕਦਾ ਤਾਂ ਬਿਲਕੁਲ ਘਬਰਾਉਣ ਵਾਲੀ ਕੋਈ ਗੱਲ ਨਹੀਂ ਚਲਿਏ ਅਗਲਾ ਕੁਐਸਚਨ ਕਰਦੇ ਹਾਂ ਵਿਚ ਲੈਟਰ ਕਮਸ ਇਨ ਦਾ ਮਿਡਲ ਆਫ 20th ਲੈਟਰ 20th ਲੈਟਰ ਫਰਮ ਦਾ ਲੈਫਟ ਹੈਂਡ ਐਂਡ 21st ਲੈਟਰ ਫਰਮ ਦਾ ਰਾਈਟ ਹੈਂਡ 21st ਲੈਟਰ ਫਰਮ ਦਾ ਰਾਈਟ ਹੈਂਡ ਇਹ ਕਹਿੰਦਾ ਵੀ ਅਗਰ ਤੁਸੀਂ ਇਧਰੋਂ ਐ ਗਿਣਦੇ ਆ ਤਾਂ 20ਵੇਂ ਨੰਬਰ ਤੇ ਤੁਹਾਡੇ ਕੋਲੇ ਕੀ ਆਏਗਾ ਟੀ ਆਏਗਾ ਜੇ ਤੁਸੀਂ ਇਧਰੋਂ ਐ ਗਿਣਦੇ ਹੋ ਤਾਂ ਤੁਹਾਡੇ ਕੋਲੇ 21ਵਾਂ ਜੋ ਅੱਖਰ ਆਏਗਾ ਉਹ ਕਿਹੜਾ ਆਏਗਾ ਤਾਂ ਆਪਾਂ ਨੂੰ ਪਤਾ ਹੈ ਕਿ 21ਵਾਂ ਅੱਖਰ ਜਨਰਲੀ ਆਪਣੇ ਕੋਲ ਕਿਹੜਾ ਆਏਗਾ ਬੇਸਿਕਲੀ ਉੱਪਰ-ਨੀਚੇ ਦਾ ਜੋੜ 27 ਬਣਨਾ ਚਾਹੀਦਾ ਤਾਂ ਆਪਣੇ ਕੋਲ ਐਫ ਦਾ ਮਤਲਬ ਹੈ ਕਿ ਫੁੱਫੜ ਜੀ ਬਣੇਗਾ 21 ਨੰਬਰ ਤੇ ਇਧਰਲੀ ਸਾਈਡ ਤੋਂ ਠੀਕ ਹੈ ਹੁਣ ਇਹਨਾਂ ਦੀ ਵਿਚਾਲੇ ਤੁਸੀਂ ਗਿਣਨਾ ਹੈ ਇਹਨਾਂ ਦੇ ਵਿਚਾਲੇ ਤੁਸੀਂ ਦੱਸਣਾ ਹੈ ਕਿ ਬਿਲਕੁਲ ਮਿਡਲ 'ਚ ਕਿਹੜਾ ਆਏਗਾ ਇਹਦਾ ਆਨਸਰ ਤੁਸੀਂ ਦੇਣਾ ਹੈ ਤੁਹਾਡੇ ਤੋਂ ਮੈਂ ਕਰਾਉਣਾ ਚਾਹੁੰਨਾ ਹੈ ਕਮੈਂਟ ਬਾਕਸ 'ਚ ਤੁਹਾਡੇ ਦਾ ਤੁਹਾਡਾ ਹੀ ਆਨਸਰ ਹੋਣਾ ਚਾਹੀਦਾ ਗਾਇਜ਼ ਵੈਰੀ 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 ਇੰਪੋਰਟੈਂਟ ਹੈ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਜਿਵੇਂ ਇੱਥੇ ਐਫ ਲਿਖਤਾ ਬਈ ਐਫ ਹੈ ਤਾਂ 6 ਨੰਬਰ ਤੇ ਨਾ हां 6 ਨੰਬਰ ਤੇ ਹੈ ਤੇ ਟੀਵੀ ਨੰਬਰ ਤੇ ਹੈ ਹੁਣ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਈ ਤਾਂ ਦਿਮਾਗ ਲਾਉਣਗੇ ਕਿ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਆ ਗਿਆ ਹੁਣ ਕਹਿਣਗੇ ਜੀ ਤੁਸੀਂ ਇਦਾਂ ਕਰੋ ਸਰ ਜੀ ਪਿੱਛੋਂ ਨਾ ਤੁਸੀਂ ਤਿੰਨ ਇਧਰੋਂ ਕੱਟ ਦੋ ਤਿੰਨ ਇਧਰੋਂ ਕੱਟ ਦੋ ਮੈਂ ਕਿਹਾ ਠੀਕ ਹੈ ਜੀ ਫਿਰ ਕਹਿਣਗੇ ਜੀ ਤਿੰਨ ਇਧਰੋਂ ਕੱਟ ਦੋ ਫਿਰ ਕਹ ਦੂੰਗਾ ਤਿੰਨ ਇਧਰੋਂ ਕੱਟ ਦੋ ਜੀ ਐਮ ਬਚ ਗਿਆ ਜੀ ਇਹ ਮੇਰਾ ਮਤਲਬ ਹੈ ਮਾਮਾ ਕਿਉਂਕਿ ਇੱਕ ਸਾਈਡ ਤੇ ਫੁੱਫੜ ਬੈਠਾ ਇੱਕ ਸਾਈਡ ਤੇ ਤਾਇਆ ਬੈਠਾ ਵਿਚਾਲੇ ਮਾਮਾ ਆ ਗਿਆ ਜੀ ਆਹ ਲੋ ਜੀ ਇੱਕ ਸਾਈਡ ਤੇ ਫੁੱਫੜ ਹੈ ਇੱਕ ਸਾਈਡ ਤੇ ਤਾਇਆ ਬੈਠਾ ਤੇ ਵਿਚਾਲੇ ਸਾਡਾ ਮਾਮਾ ਫਸ ਗਿਆ ਚਲੋ ਜੀ ਮਾਮੇ ਦਾ ਮਤਲਬ ਇੱਥੇ ਆਪਾਂ ਕੀ ਆਨਸਰ ਲਾ ਦੇਣੇ ਵੀ ਤੁਸੀਂ ਇਦਾਂ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਵੈਸੇ ਵੀ ਤੁਸੀਂ ਜਨਰਲੀ ਦਾ ਆਨਸਰ ਦੇ ਸਕਦੇ ਹੋ ਚਲੋ ਅਗਲਾ ਕੁਐਸਚਨ ਕਰਦੇ ਆਪਾਂ ਨੈਕਸਟ ਕੁਐਸਚਨ ਇੰਪੋਰਟੈਂਟ ਹੈ ਇਹ ਕਹਿੰਦਾ ਕਿ ਇਦਾਂ ਤੁਹਾਨੂੰ ਇੱਕ ਕੁਐਸਚਨ ਬੇਸਡ ਓਨ ਦ ਸੀਰੀਜ਼ ਦਿੱਤੀ ਗਈ ਅਲਫਾਬੈਟ ਸੀਰੀਜ਼ ਹੈ ਇਹ ਕਹਿੰਦਾ ਕਿ ਵਿਚ ਇਜ਼ ਦਾ 8th ਲੈਟਰ ਫਰੋਮ ਦਾ ਲੈਫਟ ਹੈਂਡ ਲੈਫਟ ਹੈਂਡ ਤੋਂ ਦੱਸੋ 8ਵਾਂ ਅੱਖਰ ਕੀ ਹੋਏਗਾ ਤੇ ਜਨਰਲੀ ਗੱਲ ਹੈ ਕਿ 8ਵਾਂ ਅੱਖਰ ਸਾਡੇ ਕੋਲ H ਹੋਏਗਾ ਆਪਣਾ ਆਪਸ਼ਨ ਹੋ ਗਿਆ ਜੀ ਹੁਣ ਜੇ ਆਪਾਂ ਨੂੰ ਕਹਿ ਦਿੰਦਾ ਕਿ ਵਿਚ ਇਜ਼ ਦਾ 8th ਲੈਟਰ ਫਰੋਮ ਦਾ ਲੈਫਟ ਐਂਡ ਫਰੋਮ ਦਾ ਰਾਈਟ ਆਫ 10th ਠੀਕ ਹੈ ਜੇ ਆਪਾਂ ਨੂੰ ਕਹਿ ਦਿੰਦਾ ਕਿ ਤੁਸੀਂ ਦੱਸੋ ਵੀ ਅਗਰ ਰਾਈਟ ਦੇ 10ਵੇਂ ਦੇ ਲੈਫਟ ਦੇ ਵਿੱਚ 8ਵਾਂ ਕਿਹੜਾ ਹੋਣਾ ਸੀਗਾ ਫਿਰ ਆਪਾਂ 18ਵਾਂ ਅੱਖਰ ਗਿਣ ਲੈਂਦੇ ਔਰ 18 ਅੱਖਰ ਆਪਾਂ ਰਾਈਟ ਤੋਂ ਸ਼ੁਰੂ ਕੀਤਾ ਤਾਂ ਰਾਈਟ ਤੋਂ 18ਵਾਂ ਆਪਾਂ ਫਿਰ ਇਧਰੋਂ ਗਿਣਾਂਗੇ ਥੋੜੀ ਵੀ ਜੈਡ ਤੋਂ ਇਦਾਂ ਕਰਕੇ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ R 18 ਤੇ ਹੁੰਦਾ ਔਰ R ਦਾ ਉਲਟਾ ਹੁੰਦਾ ਇੰਡੀਅਨ ਰੇਲਵੇ ਫਿਰ ਸਾਡਾ ਆਨਸਰ I ਹੋ ਜਾਣਾ ਸੀਗਾ ਚਲੋ ਜੀ ਆਪਣਾ ਆਨਸਰ ਹੋ ਜਾਂਦਾ ਸਮਝ ਆਇਆ ਵੈਰੀ ਗੁੱਡ ਬਹੁਤ ਅੱਛਾ ਹੈ ਹੁਣ ਆਪਾਂ ਕੁਝ ਇਦਾਂ ਦੀ ਸੀਰੀਜ਼ ਕਰਾਂਗੇ ਜਿਵੇਂ ਕਿ ਕੱਲ ਕੀਤੀ ਸੀ ਬਿਲਕੁਲ ਟਾਈਮ ਬਿਤੀਤ ਨਹੀਂ ਕਰਨਾ ਇਹੀ ਟ੍ਰਿਕਸ ਹੁੰਦੀਆਂ ਇਹੀ ਮੈਥਡਸ ਹੁੰਦੇ ਆ ਕਿ ਟੀਚਰ ਤੁਹਾਨੂੰ ਜੋ ਪ੍ਰੋਪਰ ਐਪ੍ਰੋਪਰੀਏਟ ਜੋ ਮੈਥਡ ਦੱਸੇਗਾ ਉਸ ਨੂੰ ਫੋਲੋ ਕਰੋ ਦੇਖੋ D ਹੈ 4 ਨੰਬਰ ਤੇ ਇੱਥੇ K ਹੈਗਾ ਵਾ ਇਹ K ਪਹਿਲੇ ਨੰਬਰ ਤੇ 11 ਨੰਬਰ ਤੇ ਹੈ ਡੈਸ਼ A ਵਾਲਾ ਪਤਾ ਕਰਨਾ ਅੰਤ ਵਿੱਚ ਸਾਡੇ ਕੋਲ 25 ਹੈ ਤੇ ਜਨਰਲਿਸ ਮੈਨੂੰ ਪਤਾ ਲੱਗ ਗਿਆ ਕਿ ਇੱਥੇ ਲਗਭਗ +7 ਹੋਏ ਆ ਜੇ ਮੈਂ ਇੱਥੇ +7 ਕਰਾਂਗਾ ਤਾਂ ਮੈਨੂੰ +7 ਕਰਨ ਦੇ ਵਿੱਚ ਮੇਰੇ ਕੋਲ ਕੀ ਮਿਲਣਗੇ ਲਗਭਗ 18 ਮਿਲਣਗੇ ਭਈ ਇਹੀ ਹੋਏਗਾ ਨਾ ਤਾਂ 18 ਤੇ ਮੈਂ ਇੱਥੇ ਕੀ ਪੁੱਟ ਕਰਾਂਗਾ ਭਈ ਆਰ ਲਿਖਾਂਗਾ ਇਹੀ ਹੋ ਸਕਦਾ ਹੈ ਤਾਂ ਆਰ ਤੋਂ ਇਹ ਵੀ ਸ਼ੁਰੂ ਨਹੀਂ ਹੋ ਰਿਹਾ ਇਹ ਵੀ ਸ਼ੁਰੂ ਨਹੀਂ ਹੋ ਰਿਹਾ ਇਹ 2 ਹੋ ਰਿਹਾ ਭਈ 2 ਹੋ ਰਿਹਾ ਹੁਣ ਆਪਾਂ ਇਸ ਛਿੱਟੇ ਤੇ ਪਹੁੰਚੇ ਹਾਂ ਕਿ ਜਾਂ ਤਾਂ ਆਪਸ਼ਨ B ਹੈ ਜਾਂ D ਹੈ ਦੋਨਾਂ ਚੋਂ ਇੱਕ ਹੈ ਠੀਕ ਹੈ ਕਿਉਂਕਿ ਜੇ ਇੱਥੇ 18 ਦੇ ਵਿੱਚ ਆਪਾਂ 7 ਜੋੜਾਂਗੇ ਤਾਂ 25 ਆਪਣੇ ਕੋਲ ਬਿਲਕੁਲ ਸੀਰੀਜ਼ ਬਣੀ ਹੈ ਚਲੋ ਅਖੀਰਲਾ ਇੱਥੇ I ਜੇ ਆਪਾਂ ਗੱਲ ਕਰੀ ਆਈ ਹੈ ਔਰ ਆਈ ਤੋਂ ਬਾਅਦ ਇੱਥੇ ਅਕੀਰਲਾ ਕੀ ਹੈ ਪੱਪੂ ਹੈ ਪੱਪੂ ਸਾਡੇ ਕੋਲੇ 16 ਨੰਬਰ ਤੇ ਹੈ ਡੈਫੀਨਿਟਲੀ ਇਹ ਵੀ ਸਾਡੇ ਕੋਲੇ 7 ਇਨਕਰੀਜ਼ ਹੋਇਆ ਤੇ ਜੇ ਆਪਾਂ 7 ਇਨਕਰੀਜ਼ ਕਰਾਂਗੇ ਮੇਰੇ ਪਿਆਰੇ ਬੱਚੋ ਸਾਡੇ ਕੋਲੇ ਹੋਏਗਾ 23 ਔਰ 23 ਤੇ ਹੋਣਾ ਚਾਹੀਦਾ ਡਬਲਯੂ ਡਬਲਯੂ ਹੈਗਾ ਬੀ ਦੇ ਵਿੱਚ ਔਰ ਇਹਦੇ ਵਿੱਚ ਡਬਲਯੂ ਹੈ ਨਹੀਂ ਇਟ ਮੀਨਸ ਇਹਦਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਹੋਏਗਾ ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ ਬਿਲਕੁਲ ਅਲਫਾਬੈਟਿਕਲੀ ਸੀਰੀਜ਼ ਦਾ ਹੈ ਇੱਥੇ ਆਪਣੇ ਕੋਲ C3 ਹੈ 3 ਤੇ 3 ਕਿੰਨਾ ਹੋ ਗਿਆ 6 6 ਤੇ 3 9 ਤੇ 3 ਕਿੰਨਾ ਹੋਏਗਾ 12 ਦਾ ਮਤਲਬ L ਹੁੰਦਾ ਹੈ A N A N A L L ਇਹਨਾਂ ਦੋਨਾਂ ਚੋਂ ਕੋਈ ਇੱਕ ਆਨਸਰ ਹੋਏਗਾ ਅਖੀਰਲੇ ਆ ਤਾਂ ਦੇਖ ਲੈਣੇ ਆ ਇਹ G ਹੈ ਇਹ J ਹੈ 3 ਵਧ ਗਏ 3 ਤੇ 10 ਕਿੰਨੇ ਹੋਗੇ 13 13 ਤੇ 3 ਕਿੰਨੇ ਹੋਣਦੇ 16 ਆਪਸ਼ਨ ਨੰਬਰ A ਆ ਜਾਏਗਾ A ਵਾਲਾ ਆਪਣਾ ਹੋਏਗਾ ਨਹੀਂ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਪਲੀਜ਼ ਇੱਕ ਵਾਰ ਯਾਦ ਕਰ ਲਓ ਜੇ ਤੁਹਾਨੂੰ ਯਾਦ ਨਹੀਂ ਹੈ ਜ਼ਰੂਰੀ ਇਹ ਹੈ ਯਾਰ ਅਗਲਾ ਕੁਐਸਚਨ ਹੈ ਇਹਨਾਂ ਦੇ ਆਨਸਰ ਹੁਣ ਤੁਸੀਂ ਕਮੈਂਟ ਬਾਕਸ 'ਚ ਦੇਣੇ ਆ ਕੋਸ਼ਿਸ਼ ਇਹ ਕਰੋ ਕਿ ਪ੍ਰੈਕਟਿਸ ਫਾਸਟ ਹੋਵੇ ਇਹ ਜਿੰਨੇ ਵੀ ਇਹਦੇ ਸਬੰਧ 'ਚ ਤੁਹਾਨੂੰ ਅਲਫਾਬੈਟਿਕਲੀ ਇੱਕ ਅਸੀਂ ਬਹੁਤ ਇੰਪੋਰਟੈਂਟ ਹੈ ਅੱਜ ਹੀ ਤੁਹਾਨੂੰ ਇਹਦੇ ਸਬੰਧ ਦੇ ਵਿੱਚ ਇੱਕ ਸੀਰੀਜ਼ ਸ਼ੇਅਰ ਕਰ ਰਹੇ ਹਾਂ ਟੈਲੀਗ੍ਰਾਮ ਦੇ ਅੰਦਰ ਪਲੀਜ਼ ਉੱਥੇ ਬੇਸ ਤੇ ਪ੍ਰੈਕਟਿਸ ਕਰੋ ਉਹਨਾਂ ਦੇ ਆਨਸਰਸ ਵੀ ਸ਼ੇਅਰ ਕਰ ਦਾਂਗੇ ਤਾਂਕਿ ਤੁਸੀਂ ਪ੍ਰੈਕਟਿਸ ਜਿਆਦਾ ਤੋਂ ਜਿਆਦਾ ਕਰ ਸਕੋ ਔਰ ਇਹਦੇ ਨਾਲ ਹੀ ਆਪਣਾ ਇਹ ਛੋਟਾ ਜਿਹਾ ਟੌਪਿਕ ਕਵਰ ਹੁੰਦਾ ਹੈ ਠੀਕ ਹੈ ਅਤੇ ਦੀ ਐਂਡ ਕਰਾਂਗੇ ਸੈਸ਼ਨ ਦਾ ਠੀਕ ਹੈ ਹੁਣ ਮੈਂ ਤੁਹਾਨੂੰ ਕਰਾਵਾਂਗਾ ਕੋਡਿੰਗ ਅਤੇ ਡੀਕੋਡਿੰਗ ਇਸ ਦੇਖੋ ਇਹਨੂੰ ਆਪਾਂ ਟੂ ਪਾਰਟ ਦੇ ਅੰਦਰ ਕਰਾਂਗੇ ਬਹੁਤ ਇੰਪੋਰਟੈਂਟ ਹੈ ਕੁਝ ਮੈਂ ਟਫ ਲੈਵਲ ਦੀ ਕਰਾਵਾਂਗਾ ਈਜੀ ਪਾਰਟ ਦੋਨੋਂ ਕਰਾਵਾਂਗਾ ਜਿਸ ਕਰਕੇ ਤੁਹਾਡੇ ਪੀਪੀਐਸਸੀ ਲੈਵਲ ਦੇ ਕੁਐਸਚਨਸ ਵੀ ਸਾਰੇ ਕਵਰ ਹੋ ਜਾਣਗੇ ਆਈ ਹੋਪ ਬਹੁਤ ਮਜ਼ੇਦਾਰ ਸ਼ਾਨਦਾਰ ਰੰਗਦਾਰ ਤੇ ਜ਼ਬਰਦਸਤ ਸੈਸ਼ਨ ਹੋਏਗਾ ਇਦਾਂ ਹੀ ਦੇਖਣਾ ਨਹੀਂ ਭੁੱਲਣਾ ਸੈਸ਼ਨ ਅੱਛਾ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਫਿਰ ਨੈਕਸਟ ਪ੍ਰੈਕਟਿਸ ਦੇ ਕੁਐਸਚਨ ਤੁਹਾਨੂੰ ਟੈਲੀਗ੍ਰਾਮ 'ਚ ਮਿਲ ਜਾਣਗੇ